ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਉਣ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ ਜੀ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ, ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 6 ਸਪਟੰਬਰ 2017 ਬਾਈ ਪਾਦੂ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਤੁਹਾਡੀਆਂ ਵਿਚਾਰਾਂ ਸੁਣਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਟ੍ਰੀਮਿੰਗ ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਇੱਕ ਹੋਰ ਗੱਲ, ਜੇ ਤੁਸੀਂ ਫੇਸਬੁੱਕ ਰਾਹੀਂ TV84 ਨਾਲ ਜੁੜੇ ਹੋ ਤਾਂ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ। ਥੈਂਕ ਯੂ ਸੋ ਮੱਚ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਵਾਲੇ ਮਨੁੱਖੀ ਹੱਕਾਂ ਦੇ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੂੰ ਅੱਜ ਦੇ ਦਿਨ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਹ ਆਪ ਵੀ ਅਣਪਛਾਤੀ ਲਾਸ਼ ਬਣ ਕੇ ਗੁਰੂ ਚਰਨਾਂ ਦੇ ਵਿੱਚ ਜਾ ਬਰਾਜ਼ੇ। ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਹੋਵੇਗਾ, ਅਸੀਂ ਉਹਨਾਂ ਬਾਰੇ ਤੁਹਾਡੇ ਤੋਂ ਵਿਚਾਰ ਜਾਣੇ ਚਾਹਾਂਗੇ ਜੀ। ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਇਹ ਦੱਸਿਆ ਸੀ ਕਿ 6 ਸਤੰਬਰ ਦਾ ਦਿਨ ਬੜੀ ਅਹਿਮੀਅਤ ਵਾਲਾ ਦਿਨ ਹੈ ਹੁਣ ਸਿੱਖ ਕੈਲੰਡਰ 'ਚ, ਜਿੱਥੇ 6 ਸਤੰਬਰ ਭਾਈ ਦਿੱਤ ਸਿੰਘ ਜੀ ਜਿਹੜੇ 116 ਵਰੇ ਪਹਿਲਾਂ ਸਾਥੋਂ ਜਿਹੜਾ ਵਿਛੜ ਕੇ ਗੁਰਪੁਰੀ ਜਾ ਵਿਰਾਜੇ ਸਨ ਜੀ, ਉੱਥੇ ਸਾਡੇ ਮੌਜੂਦਾ ਇਤਿਹਾਸ 'ਚ ਖਾਲਿਸਤਾਨ ਦੀ ਤਹਿਰੀਕ 'ਚ 6 ਸਤੰਬਰ 1995 ਦਾ ਦਿਨ ਇੱਕ ਖਾਸ ਅਹਿਮੀਅਤ ਰੱਖਦਾ, ਜਿਸ ਦਿਨ ਉਹ ਬਹਾਦਰ ਯੋਧਾ ਮਨੁੱਖੀ ਹੱਕਾਂ ਲਈ ਖਲੋਣ ਵਾਲਾ ਔਰ ਆਪਣੀ ਸ਼ਹਾਦਤ ਦੇ ਕੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਵਾਲਾ ਸ਼ਹੀਦ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਅੱਜ ਦੇ ਦਿਨ ਉਹਨਾਂ ਦੇ ਘਰ ਦੇ ਬਾਹਰ ਕਬੀਰ ਪਾਰਕ ਅੰਮ੍ਰਿਤਸਰ 'ਚੋਂ ਪੁਲਿਸ ਨੇ ਕਿਡਨੈਪ ਕੀਤਾ, ਅਗਵਾ ਕੀਤਾ ਔਰ ਫਿਰ ਜਿਹੜੀਆਂ ਵਿਟਨੈਸਿਸ ਬਾਅਦ 'ਚ ਸਾਹਮਣੇ ਆਈਆਂ ਜੇਲ੍ਹ ਦੇ ਉਹਨਾਂ ਦੀ, ਜਦੋਂ ਕਿ ਉਹਨਾਂ ਨੂੰ ਇੰਟੈਰੋਗੇਟ ਕੀਤਾ ਗਿਆ ਔਰ ਟੋਰਚਰ ਕੀਤਾ ਗਿਆ, ਜ਼ਾਹਰ ਹੈ ਕਿ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਟੋਰਚਰ ਕਰਨ ਤੋਂ ਬਾਅਦ KP ਗਿੱਲ ਦੇ ਸਾਹਮਣੇ ਪੇਸ਼ ਕੀਤਾ ਗਿਆ, ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਨੂੰ ਬੰਦ ਕਰਨ ਨੂੰ ਕਿਹਾ ਗਿਆ, ਪਰ ਉਸ ਯੋਧੇ ਨੇ ਜੋ ਇਹ ਰਸਤਾ ਚੁਣਿਆ ਉਸ 'ਤੇ ਸਾਬਤ ਕਦਮਾਂ ਨਾਲ ਰਹਿੰਦਿਆਂ ਸ਼ਹਾਦਤ ਨੂੰ ਪਹਿਲ ਦਿੱਤੀ ਔਰ ਅਖੀਰ ਉਹਨਾਂ ਨੂੰ ਵੀ ਸ਼ਹੀਦ ਕਰਕੇ ਕਣ ਪਛਾਤੀ ਲਾਸ਼ ਬਣਾ ਦਿੱਤਾ ਗਿਆ। ਕਿਉਂਕਿ ਇਹ ਟੋਰਚਰ ਦਾ ਪੀਰੀਅਡ ਕਿੰਨੇ ਦਿਨ ਉਸ ਤੋਂ ਬਾਅਦ ਰਿਹਾ, ਕਦੋਂ ਉਹਨਾਂ ਦੀ ਸ਼ਹਾਦਤ ਹੋਈ ਔਰ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਕਿ 6 ਸਤੰਬਰ ਨੂੰ ਉਹਨਾਂ ਨੂੰ ਅਗਵਾ ਕੀਤਾ ਗਿਆ ਸੀ, ਇਸ ਲਈ 6 ਸਤੰਬਰ ਦਾ ਦਿਨ ਜਿਹੜਾ ਉਹਨਾਂ ਦੀ ਸ਼ਹਾਦਤ ਦਾ ਦਿਨ ਮਿੱਥਿਆ ਗਿਆ ਔਰ ਅਸੀਂ ਭਾਈ ਦਿੱਤ ਸਿੰਘ ਹੋਰਾਂ ਬਾਰੇ ਕੱਲ੍ਹ ਵਿਚਾਰ ਕੀਤਾ ਸੀ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਆਪਣੇ ਦਰਸ਼ਕਾਂ ਦਾ ਕਿ ਕੱਲ੍ਹ ਦੇ ਸਾਡੇ ਤਿੰਨੋਂ ਹੀ ਸੈਗਮੈਂਟ ਜਿਹੜੇ ਨੇ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਮੈਂ ਫਿਗਰਸ ਕੱਢ ਨਹੀਂ ਸਕਿਆ ਹਾਂ, ਪਰ ਥਾਊਜ਼ੈਂਡਸ ਕਮੈਂਟਸ ਨੇ, ਹਜ਼ਾਰਾਂ ਸ਼ੇਅਰ ਨੇ ਔਰ ਕਈ ਹਜ਼ਾਰ ਉਸਦੇ ਵਿਊਅਰਸ ਨੇ। ਉਹਨਾਂ ਦੇ ਵਿੱਚ ਪਹਿਲਾ ਸੈਗਮੈਂਟ ਸਾਡਾ ਭਾਈ ਦਿੱਤ ਸਿੰਘ ਜੀ 'ਤੇ ਸੀ, ਦੂਸਰਾ ਸੈਗਮੈਂਟ ਖਾਸ ਤੌਰ 'ਤੇ ਜਿਵੇਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀ ਮੱਠ ਦੇ ਵਿੱਚ ਸਿੱਖਾਂ ਨੇ ਗੁਰਦੁਆਰਾ ਸਾਹਿਬ
ਦੇ ਜਿਹੜਾ ਉਸ ਦੇ ਦਰਵਾਜ਼ੇ ਖੋਲ੍ਹੇ, ਕਿਉਂਕਿ ਮੀਂਹ ਬਹੁਤ ਜ਼ਿਆਦਾ ਸੀ ਔਰ ਜਿਹੜੀ ਈਦਗਾਹ ਖੁੱਲ੍ਹੇ ਮੈਦਾਨ ਦੇ ਵਿੱਚ ਜਿੱਥੇ ਜਿਹੜੀ ਹੈ ਈਦ ਦੀ ਨਮਾਜ਼ ਅਦਾ ਕੀਤੀ ਜਾਣੀ ਸੀ, ਉਸ 'ਚ ਪੰਜ ਪੰਜ ਛੇ ਛੇ ਫੁੱਟ ਪਾਣੀ ਸੀ। ਸੋ ਜਿਹੜੇ ਹਜ਼ਾਰ ਤੋਂ ਜ਼ਿਆਦਾ ਦੀ ਗਿਣਤੀ 'ਚ ਮੁਸਲਮਾਨ ਇਕੱਠੇ ਹੋਏ ਪਰੇਸ਼ਾਨ ਸਨ ਔਰ ਉਹਨਾਂ ਨੂੰ ਸਿੱਖਾਂ ਨੇ ਗੁਰਦੁਆਰਾ ਸਾਹਿਬ ਇਨਵਾਈਟ ਕਰਕੇ ਉੱਥੇ ਉਹਨਾਂ ਨੇ ਆਪਣੀ ਈਦ ਦੀ ਨਮਾਜ਼ ਅਦਾ ਕੀਤੀ ਔਰ ਉਸ ਸੈਗਮੈਂਟ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਹਾਂ ਪੱਖੀ ਰਿਸਪੋਂਸ ਵੀ ਹੈ ਔਰ ਮੈਂ ਜ਼ਿਕਰ ਨਹੀਂ ਕਰ ਸਕਦਾ ਕਿ ਕਿਸ ਪਿਆਰ ਨਾਲ ਸਾਡੇ ਪਾਕਿਸਤਾਨੀ ਭਰਾ ਪੈਣਾ ਜਿੱਥੇ ਜਿੱਥੇ ਬੈਠੇ ਨੇ ਉਹਨਾਂ ਦੇ ਦਿਲਾਂ ਨੂੰ ਇਸ ਗੱਲ ਨੇ ਟੱਚ ਕੀਤਾ ਔਰ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਐਕਨੋਲੇਜ ਕੀਤਾ। ਔਰ ਤੀਸਰਾ ਸੈਗਮੈਂਟ ਸਾਡਾ ਰੋਹਿੰਗੀਆ ਮੁਸਲਮਾਨਾਂ ਦੇ ਉੱਤੇ ਸੀ, ਹਾਲਾਂਕਿ ਅਸੀਂ ਪਹਿਲਾਂ ਇੱਕ ਸੈਗਮੈਂਟ ਕਰ ਚੁੱਕੇ ਹਾਂ ਪਰ ਇਸ ਦਾ ਫੋਲੋਅਪ ਸੀ ਔਰ ਹਰ ਇੱਕ ਨੇ ਇਸ ਗੱਲ ਦੀ ਤਾਰੀਫ ਕੀਤੀ ਕਿ ਕਿਵੇਂ ਜਦੋਂ ਦਾ ਇਹ ਇਸ਼ੂ ਜਿਹੜਾ ਹਾਈਲਾਈਟ ਹੋਇਆ ਹੁਣ ਉਹ ਇੰਡੋਨੇਸ਼ੀਆ ਹੋਏ, ਟਰਕੀ ਹੋਏ, UN ਦੀਆਂ ਏਜੰਸੀਜ਼ ਹੋਣ, ਮੀਡੀਆ ਹੋਏ ਔਰ ਈਵਨ ਮੈਂ ਭਾਰਤੀ ਮੀਡੀਆ 'ਚ ਵੀ ਦੇਖ ਰਿਹਾ ਸੀ ਜਿਵੇਂ NDTV 'ਤੇ ਰਵੀਸ਼ ਕੁਮਾਰ ਨੇ ਇਸ ਦੇ ਉੱਤੇ ਇੱਕ ਪੂਰਾ ਸੈਗਮੈਂਟ ਕੀਤਾ ਔਰ ਇਹ ਆਵਾਜ਼ ਬੁਲੰਦ ਹੋਈ ਹੈ ਕਿ ਭਾਈ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਹਵਾਲੇ ਨਾ ਕੀਤਾ ਜਾਏ। 40,000 ਤੋਂ ਜ਼ਿਆਦਾ ਗਿਣਤੀ ਦੇ ਵਿੱਚ ਇਸ ਵੇਲੇ ਜੈਪੁਰ, ਜੰਮੂ, ਦਿੱਲੀ ਦੇ ਵਿੱਚ ਰੋਹਿੰਗੀਆ ਮੁਸਲਮਾਨ ਨੇ। ਸੋ ਅਸੀਂ ਇਸ ਸਾਰੇ ਦੇ ਲਈ ਆਪਣੇ ਦਰਸ਼ਕਾਂ ਦਾ ਔਰ ਜਿਹੜੇ ਉਹਨਾਂ ਵੱਲੋਂ ਖਾਸ ਤੌਰ 'ਤੇ ਬੜੇ ਹਾਂ ਪੱਖੀ ਕਾਮੈਂਟ ਕੀਤੇ ਜਾਂਦੇ ਨੇ, ਕਈਆਂ ਨੇ ਸ਼ਿਕਾਇਤ ਵੀ ਕੀਤੀ ਹੈ, ਕਿਸੇ ਨੇ ਲਿਖਿਆ ਮੈਂ ਗੁਜਰਾਂਵਾਲੇ ਤੋਂ ਲਿਖ ਰਿਹਾ ਸਰਗੋਧੇ ਤੋਂ, ਤੁਸੀਂ ਸਾਡਾ ਕਾਮੈਂਟ ਨਹੀਂ ਪੜ੍ਹਦੇ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਈ ਵਾਰ ਜਿੰਨੇ ਕੁ ਪਹਿਲੀ ਸੈਗਮੈਂਟ ਦੇ ਉੱਤੇ ਜਾਂ ਗੱਲ ਕਰਦੇ ਕਰਦੇ ਦੂਸਰੇ ਸੈਗਮੈਂਟ 'ਤੇ ਵੀ ਆ ਜਾਣ, ਉਹਨਾਂ ਨੂੰ ਅਸੀਂ ਕਿਉਂਕਿ ਦੂਸਰੇ ਸੈਗਮੈਂਟ 'ਤੇ ਐਂਡ 'ਤੇ ਕਾਮੈਂਟਸ ਅਸੀਂ ਇਨਕਲੂਡ ਕਰਦੇ। ਸੋ ਸਾਨੂੰ ਇਸ ਦੇ ਲਈ ਮੁਆਫ਼ ਕੀਤਾ ਜਾਏ। ਔਰ ਅੱਜ ਦਾ ਇਹ ਦਿਨ ਅਸੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਕੀਤਾ। ਦੇਖੋ ਕਿਉਂਕਿ ਅਸੀਂ ਜਦੋਂ ਫਰੈਜ਼ਨੋ ਸ਼ਹਿਰ ਦੇ ਵਿੱਚ ਉਹਨਾਂ ਦੀ ਸਿਟੀ ਕੌਂਸਲ ਨੇ ਆਲਮੋਸਟ 8-10 ਦਿਨ ਪਹਿਲਾਂ ਆਪਣੇ ਲੋਕਲ ਇੱਕ ਪਾਰਕ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਰੱਖਿਆ ਅਤੇ ਉਸ ਵਿਚਾਰ ਚਰਚਾ 'ਚ ਵੀ ਅਸੀਂ ਉਹਨਾਂ ਦੀ ਕੁਰਬਾਨੀ ਔਰ ਉਹਨਾਂ ਵੱਲੋਂ ਪਾਇਆ ਗਿਆ ਯੋਗਦਾਨ ਇਸ ਦੀ ਵਿਚਾਰ ਚਰਚਾ ਕੀਤੀ ਸੀ। ਲੇਕਿਨ ਇਹ ਇਸ ਕਿਸਮ ਦੀਆਂ ਸ਼ਖਸੀਅਤਾਂ ਨੇ, ਇਸ ਕਿਸਮ ਦੇ ਇਹਨਾਂ ਦੇ ਕੰਮ ਨੇ ਕਿ ਜੇ ਅਸੀਂ ਰੋਜ਼ ਵੀ ਇਹਨਾਂ ਨੂੰ ਆਪਣੀ ਅਰਦਾਸ ਦਾ ਹਿੱਸਾ ਬਣਾਈਏ, ਆਪਣੇ ਧਿਆਨ 'ਚ ਲਿਆਈਏ, ਮੈਂ ਸਮਝਦਾ ਵੀ ਜਦੋਂ ਤੱਕ ਤੁਸੀਂ ਕੋਈ ਕੰਮ ਕਰਨ ਦੇ ਲਈ ਔਰ ਇਸ ਬੇਸ਼ੱਕ ਅਸੀਂ ਇੱਕ ਅਕਾਲ ਪੁਰਖ 'ਚ ਯਕੀਨ ਰੱਖਣ ਵਾਲੇ ਹਾਂ, ਅਸੀਂ ਕਿਸੇ ਮਨੁੱਖ ਦੀ ਜਾਂ ਕਿਸੇ ਦੀ ਜਿਹੜੀ ਹੈ ਪੂਜਾ 'ਚ ਯਕੀਨ ਨਹੀਂ ਰੱਖਦੇ। ਲੇਕਿਨ ਮੈਨੂੰ ਕਈ ਵਾਰੀ ਲੱਗਦਾ ਵੀ ਜਿਵੇਂ ਕ੍ਰਿਸਚੀਅਨਿਟੀ ਦੇ ਵਿੱਚ ਪੈਟਰਨ ਸੇਂਟ ਹੁੰਦੇ ਨੇ ਕਿ ਬਈ ਜਿਹਨੇ ਜਿਹੜਾ ਕਿਸੇ ਦੇ ਲਈ ਉਹ ਜਿਹਦੇ ਨਾਲ ਕੋਈ ਬੰਦਾ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰ ਸਕਦਾ ਔਰ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਉਹਦੇ ਬੁੱਤ 'ਚ ਆਪਣਾ ਭਰੋਸਾ ਰੱਖੋ। ਮੈਂ ਅੱਜ ਦੇ ਰੋਲ ਮਾਡਲ ਦੇ ਕੰਟੈਕਸਟ 'ਚ ਗੱਲ ਕਰਦੇ, ਪਰ ਜਦੋਂ ਤੁਸੀਂ ਕਿਸੇ ਵੱਲ ਧਿਆਨ ਦਿੰਦੇ ਹੋ ਔਰ ਮੈਨੂੰ ਇੱਕ ਸੱਜਣ ਇੱਕ ਵਾਰ ਕਹਿਣ ਲੱਗੇ ਕਿ ਵੀ ਇੱਕ ਤਰਨ ਤਾਰਨ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ ਜਿਹੜਾ ਕਿ ਡੇਰਾ ਸੀ ਵੱਡਾ ਅਤੇ ਆਮ ਸੰਗਤ ਵੱਲੋਂ ਦੂਸਰੀ ਥਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਯਾਦਗਾਰੀ ਸਮਾਗਮ ਰੱਖਿਆ ਗਿਆ ਅਤੇ ਜਿਹੜਾ ਮੁੱਖ ਡੇਰਾ ਸੀ ਉਹਦੇ ਜਿਹੜੇ ਇੰਚਾਰਜ ਸੀ ਉਹ ਲੰਗਰ ਦੇ ਭਾਂਡੇ ਨਾ ਦੇਣ ਉਹਨਾਂ ਨੂੰ ਔਰ ਉਹ ਹੁਣ ਨਿੱਜੀ ਕਬਜ਼ੇ ਵਾਲਾ ਡੇਰਾ ਸੀ ਅਤੇ ਜਿਹੜੇ ਸਿੰਘ ਉੱਧਰੋਂ ਦਿਨ ਆ ਗਿਆ ਜਿੱਦਣ ਕਿ ਉਹ ਲੰਗਰ ਲਾਉਣਾ ਸੀ, ਸਿੰਘਾਂ ਨੇ ਵਿਚਾਰ ਕੀਤੀ ਕਿ ਵੀ ਕੀ ਕੀਤਾ ਜਾਏ। ਉਹਨਾਂ ਨੇ ਕਿਹਾ ਵੀ
ਉਹਨਾਂ ਨੇ ਕਿਹਾ ਜੀ ਧਿਆਨ ਤੋਰੋ ਭਾਈ ਬਿਧੀ ਚੰਦ। ਹੁਣ ਭਾਈ ਬਿਧੀ ਚੰਦ ਉਹ ਨੇ ਜਿਹੜੇ ਕਾਜ਼ੀ ਤੋਂ ਲਾਹੌਰ ਜਿਹੜਾ ਨਵਾਬ ਤੋਂ ਘੋੜੇ ਜਿਹੜੇ ਕਿ ਸਿੰਧ ਤੋਂ ਔਰ ਕਾਬਲ ਤੋਂ ਆ ਰਹੇ ਸੀ, ਇਰਾਕ ਤੋਂ ਸ਼ਾਇਦ, ਜਿੱਥੇ ਜਿੱਥੇ ਵੀ ਘੋੜਿਆਂ ਦੀਆਂ ਮੰਡੀਆਂ ਸੀ ਬੜੇ, ਔਰ ਉਹਨੇ ਨਵਾਬ ਨੇ ਰੱਖ ਲਏ ਸੀ, ਉਹ ਸਿੱਖ ਤਲੇ ਆ ਰਹੇ ਸੀ ਗੁਰੂ ਸਾਹਿਬ ਦੇ ਲਈ, ਔਰ ਜ਼ਾਹਰ ਹੈ ਕਿ ਵੀ ਉਹ ਸਿੱਖ ਨੇ ਆ ਕੇ ਕਿਹਾ ਮਹਾਰਾਜ ਤੁਹਾਡੇ ਲਈ ਲਿਆਂਦੇ ਸੀ ਗੁਰੂ ਨੂੰ ਸਮਰਪਿਤ ਕਰਨ ਲਈ, ਤਾਂ ਗੁਰੂ ਸਾਹਿਬ ਨੇ ਕਿਹਾ ਕੋਈ ਨਹੀਂ ਗੁਰੂ ਕੇ ਘੋੜੇ ਨੇ ਆ ਜਾਣਗੇ। ਅਤੇ ਭਾਈ ਬਿਧੀ ਚੰਦ ਜਿਹੜੇ ਸਿੱਖ ਮੰਡਲ ਚ ਆਉਣ ਤੋਂ ਪਹਿਲਾਂ ਗੁਰੂ ਵੱਲ ਧਾੜਵੀ ਸਨ, ਬੜੇ ਮਸ਼ਹੂਰ ਉਹਨਾਂ ਦਾ ਨਾਂ ਸੀ, ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਇਹ ਘੋੜੇ ਗੁਰੂ ਕਹਿੰਦੇ ਆ ਜਾਣਗੇ। ਔਰ ਕਿਵੇਂ ਭਾਈ ਬਿਧੀ ਚੰਦ ਨੇ ਸਾਸੀ ਉਹ ਇਤਿਹਾਸਕ ਵੇਰਵੇ ਜਾਣਦੇ ਹੈ ਕਿ ਕਿਵੇਂ ਉਹ ਦੋਵੇਂ ਘੋੜੇ ਵਾਰੀ ਵਾਰੀ ਉਹਨਾਂ ਨੇ ਉੱਥੋਂ ਲਿਆਂਦੇ, ਔਰ ਦੂਸਰੇ ਘੋੜੇ ਦੇ ਵਾਰੀ ਤਾਂ ਕਿਲ੍ਹੇ ਤੋਂ ਉਹਨਾਂ ਨੇ ਘੋੜੇ 'ਤੇ ਚੜ੍ਹ ਕੇ ਛਾਲ ਮਾਰ ਕੇ ਦਰਿਆ ਕ੍ਰੋਸ ਕਰਕੇ ਪਹਿਲੀ ਵਾਰੀ ਘਾਈ ਬਣ ਕੇ। ਸੋ ਉਸ ਤੋਂ ਇੱਕ ਐਕਸਪ੍ਰੈਸ਼ਨ ਬਣ ਜਾਂਦੀ ਹੈ ਕਿ ਵੀ ਹੁਣ ਚੀਜ਼ ਗੁਰੂ ਦੀ ਹੈ ਅਤੇ ਜਿਹੜੇ ਮਰਜ਼ੀ ਢੰਗ ਨਾਲ ਲਿਆਈ ਹੈ। ਸੋ ਉਹਨਾਂ ਨੇ ਵਿਚਾਰ ਕੀਤੇ, ਉਹਨਾਂ ਨੇ ਕਿਹਾ ਜੀ ਅਸੀਂ ਆ ਮਗਰਲਾ ਇਹਦਾ ਦਰਵਾਜ਼ਾ ਖੋਲ੍ਹਦੇ, ਕੋਈ ਵੈਨ ਰੱਖੀ ਉਹਨਾਂ ਨੇ ਜੋ ਵੀ ਵੱਡੀ ਉਹਨਾਂ ਕੋਲ ਗੱਡੀ ਸੀ, ਉਹਨਾਂ ਕਿਹਾ ਵੀ ਧਰੋ ਭਾਈ ਬਿਧੀ ਚੰਦ ਦਾ ਧਿਆਨ, ਅਤੇ ਉਹਨਾਂ ਚੁੱਕੇ ਅਤੇ ਲਿਆ ਕੇ ਕਰ ਕਰਾ ਕੇ ਪੂਰਾ ਦੁੱਧ ਤਿੰਨ ਦਿਨ ਬਾਅਦ ਉਹਨਾਂ ਨੂੰ ਦਿਆ ਹੈ। ਕਹਿੰਦੇ ਜੀ ਦੇਖੋ ਇਹ ਗੁਰੂ ਕੇ ਭਾਂਡੇ ਸੀ, ਸੰਗਤਾਂ ਦੇ ਨੇ, ਸੰਗਤ ਦਾ ਪੈਸਾ ਤੁਸੀਂ ਦਿੰਦੇ ਨਹੀਂ ਸੀ, ਸੋ ਸਾਨੂੰ ਭਾਈ ਬਿਧੀ ਚੰਦ ਵਾਲਾ ਤਰੀਕਾ ਹੀ ਜਿਹੜਾ ਅਪਣਾਉਣਾ ਪਿਆ, ਉਖਤਿਆਰ ਕਰਨਾ ਪਿਆ। ਇਸੇ ਤਰ੍ਹਾਂ ਮੈਨੂੰ ਯਾਦ ਆ ਵੀ ਅਸੀਂ ਕਿਸੇ ਥਾਂ ਦੇ ਉੱਤੇ ਕੋਈ ਗੈਦਰਿੰਗ ਲੰਬੀ ਹੁੰਦੀ ਚਲੀ ਗਈ ਔਰ ਪ੍ਰਸ਼ਾਦੇ ਦਾ ਪ੍ਰਬੰਧ ਨਹੀਂ ਸੀ, ਅਤੇ ਉਹ ਸਾਰੇ ਕੁਛ ਇਸ ਕਿਸਮ ਦਾ ਕਰਨ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਧਰੋ ਸਰਦਾਰ ਦਰਸ਼ਨ ਸਿੰਘ ਖੇਰੂ ਮਾਨ ਦਾ ਧਿਆਨ, ਜਿਹਨਾਂ 74 ਦਿਨ ਭੁੱਖ ਕੱਟੀ ਹੈ ਤੁਹਾਡੇ ਤੋਂ ਕੁਛ ਘੰਟੇ ਨਹੀਂ ਕੱਟੀ ਜਾਂਦੀ। ਸੋ ਮੈਂ ਸਮਝਦਾ ਵੀ ਅਸੀਂ ਜਦੋਂ ਮਨੁੱਖੀ ਹੱਕਾਂ ਦੇ ਪਿੜ 'ਚ ਗੱਲ ਕਰਦੇ ਹਾਂ, ਔਰ ਇਹ ਉਹ ਸ਼ਖਸੀਅਤਾਂ ਨੇ ਜਿਹਨਾਂ ਨੂੰ ਜੇ ਅਸੀਂ ਆਪਣੇ ਧਿਆਨ 'ਚ ਲਿਆਉਂਦੇ ਹਾਂ, ਅਤੇ ਫਿਰ ਸਾਨੂੰ ਇੱਕ ਤਾਂ ਕਿਹਨਾਂ ਹਾਲਾਤਾਂ 'ਚ ਕੰਮ ਕਰਨੇ। ਹੁਣ ਸਰ ਜਸਵੰਤ ਸਿੰਘ ਖਾਲੜਾ ਸ਼੍ਰੋਮਣੀ ਅਕਾਲੀ ਦਲ ਉਸ ਵੇਲੇ ਦਾ ਜਿਹੜਾ ਅੱਜ ਵੀ ਬਾਦਲ ਦਲ ਹੈ, ਉਦੋਂ ਵੀ ਬਾਦਲ ਦਲ ਸੀ, ਉਹਦੇ ਮਨੁੱਖੀ ਅਧਿਕਾਰ ਵਿੰਗ ਦੇ ਆਗੂ ਸੀ, ਉਹਨਾਂ ਦੇ ਨਾਲ ਜਸਪਾਲ ਸਿੰਘ ਢਿੱਲੋਂ ਔਰ ਉਬੇਸ਼ਾ ਜਿਹੜੇ ਰਾਮ ਨਾਰਾਇਣ ਕੁਮਾਰ ਅਸਾਮ ਤੋਂ ਆਇਆ, ਉਹਨੇ ਇਨੀਸ਼ੀਏਟ ਵੀ ਕੀਤਾ, ਉਹਦਾ ਵੀ ਚੰਗਾ ਕੰਮ ਹੈ ਇਹ ਸਾਰੇ ਫੀਲਡ ਦੇ ਵਿੱਚ। ਔਰ ਇਹਨਾਂ ਨੇ ਵੀ ਇਹ ਕੋਈ ਇਹ ਨਹੀਂ ਸੀ ਵੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਬਾਦਲ ਦਲ ਜਾਂ ਦੂਜੇ ਨੇ ਅਤੇ ਕੀ ਨਹੀਂ ਹੈ, ਪਰ ਇਹ ਸਮਝਦੇ ਸੀ ਕਿ ਵੀ ਜੇ ਅਸੀਂ ਕੰਮ ਕਰਨਾ ਹੈ ਮਨੁੱਖੀ ਹੱਕਾਂ ਦੇ ਪੇੜ 'ਚ, ਤਾਂ ਸਾਨੂੰ ਕੋਈ ਛੱਤਰੀ ਚਾਹੀਦੀ ਹੈ, ਕੋਈ ਆੜ ਚਾਹੀਦੀ ਹੈ, ਵੀ ਘੱਟੋ ਘੱਟ ਇੱਕ ਪਾਰਟੀ ਦਾ ਲੇਬਲ ਲੱਗਾ ਹੋਏਗਾ ਅਤੇ ਉਹਦੇ ਨਾਲ ਸਾਨੂੰ ਥੋੜ੍ਹਾ ਜਿਹਾ ਵਿਚਰਨ ਦਾ ਮੌਕਾ ਮਿਲ ਜਾਏਗਾ। ਔਰ ਉਹ ਠੀਕ ਸਨ ਇਸ ਮਾਮਲੇ 'ਚ, ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਉਹਨਾਂ ਨੂੰ ਜਦੋਂ ਤੋਂ ਡਿਸਅਪੀਅਰ ਕੀਤਾ, ਚੁੱਕਿਆ, ਨਾ ਮੁੜ ਕੇ ਕਦੇ ਅਕਾਲੀਆਂ ਨੇ ਯਾਦ ਕੀਤਾ, ਨਾ ਉਹਨਾਂ ਨੇ ਦਿਨ ਤਾਂ ਕੀ ਮਨਾਉਣਾ ਸੀ ਉਸ ਪੀਰੀਅਡ 'ਚ ਵੀ, ਨਹੀਂ ਤਾਂ ਇੱਕ ਪਾਰਟੀ ਦੇ ਮਨੁੱਖੀ ਅਧਿਕਾਰ ਵਿੰਗ ਦਾ ਮੁਖੀ ਜਿਹੜਾ ਉਹਨੂੰ ਚੁੱਕ ਕੇ ਗਾਇਬ ਕੀਤਾ ਹੋਏ, ਇਹ ਤਾਂ ਇਸ਼ੂ ਹੋਣਾ ਚਾਹੀਦਾ ਔਰ ਹਰ ਵਾਰ ਵਾਰ ਉਹਨਾਂ ਨੂੰ ਜਿਹੜਾ ਇਹ ਦੁਹਰਾਉਣਾ ਚਾਹੀਦਾ ਕਿਸੇ ਵੀ ਫੋਰਮ ਤੋਂ। ਲੇਕਿਨ ਉਹਨਾਂ ਦੇ ਲਈ ਤਾਂ ਇਹ ਮੈਟਰ ਹੀ ਨਹੀਂ ਕਰਦਾ, ਕਿਉਂਕਿ ਇਹ ਜਿਹੜੀ ਅਕਾਲੀ ਲੀਡਰਸ਼ਿਪ ਹੈ ਬਾਦਲਕਿਆਂ ਦੀ, ਇਹ ਤਾਂ ਜਿਹਨੂੰ ਕਹਿੰਦੇ ਨੇ ਇਨ ਕਾਹੂਟਸ, ਇਹਨਾਂ ਦੇ ਤਾਂ ਹੱਥ ਰਲੇ ਹੋਏ ਨੇ। ਇਹ ਬੇਅੰਤੇ ਦੇ ਨਾਲ ਵੀ ਇਹਨਾਂ ਨੂੰ ਇਹ ਸੀ ਕਿ ਵੀ ਇਹ ਸਾਡਾ ਡਰਟੀ ਕੰਮ ਇਹ ਕਰ ਰਿਹਾ, ਨਹੀਂ ਤਾਂ ਬਾਦਲ ਨੇ ਕਿਹੜੇ ਮੁੰਡੇ ਨਹੀਂ ਮਾਰੇ ਹੋਏ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਬਾਦਲ ਨੇ ਜਦੋਂ 1960 ਦੇ ਅਖੀਰ 'ਚ ਇਹ ਮੁੱਖ ਮੰਤਰੀ ਬਣਿਆ, ਉਸ ਵੇਲੇ ਨਕਸਲੀ ਮੂਵਮੈਂਟ ਸੀ, ਔਰ ਇਹਨਾਂ ਨੇ ਈਵਨ 92-93 ਸਾਲ ਦਾ ਕਾਮਰੇਡ ਬੂਝਾ ਸਿੰਘ, ਉਹ ਬਜ਼ੁਰਗ ਜਿਹਨੇ ਗਦਰ ਲਹਿਰ ਦੇ ਵਿੱਚ ਵੀ ਹਿੱਸਾ ਲਿਆ ਸੀ, ਉਹਨੂੰ ਫੜ ਕੇ ਟੋਰਚਰ ਕਰਕੇ ਮਾਰਿਆ ਸੀ। ਸੋ ਬਾਦਲ ਨੇ ਪੰਜਾਬ ਦੇ ਵਿੱਚ
ਝੂਠੇ ਪੁਲਿਸ ਮੁਕਾਬਲਿਆਂ ਦੇ ਉਹ ਸਿੱਖਾਂ ਦੇ ਮੁੰਡੇ ਸਨ, ਭਾਵੇਂ ਉਹ ਨਕਸਲਾਈਟ ਮੂਵਮੈਂਟ ਜਾਂ CPIM ਦੇ ਥੱਲੇ ਕੰਮ ਕਰਦੇ ਸੀ। ਦਰਜਨਾ ਇਸ ਕਿਸਮ ਦੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਨੇ ਉਹ ਬਾਦਲ ਪੀਰੀਅਡ ਦੇ ਵਿੱਚ, ਔਰ ਉਸ ਪੀਰੀਅਡ 'ਚ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਸੀ ਭਗਵੰਤ ਸਿੰਘ ਦਾਨੇਵਾਲੀ ਹੈ, ਉਹਨੇ ਬਾਅਦ 'ਚ ਕਿਤਾਬ ਵੀ ਲਿਖੀ ਹੈ ਪੁਲਿਸ ਇਨ 20th century, ਔਰ ਉਹਦੇ 'ਚ ਉਹਨੇ ਐਡਮਿਟ ਕੀਤਾ ਕਿ ਵੀ ਅਸੀਂ ਮੁਕਾਬਲੇ ਬਣਾਏ ਸੀ। ਹੁਣ ਇਹ ਤਾਂ ਇੱਕ ਪੱਖ ਹੈ, ਹੁਣ ਦੂਸਰਾ ਪੱਖ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਤੁਸੀਂ ਇੱਕ ਉਸ ਰਣਤੱਤੇ ਦੇ ਵਿੱਚੋਂ ਜਿੱਥੇ ਇੱਕ ਪਾਸੇ ਜਵਾਨੀ ਇਨਸਾਫ ਲੈਣ ਦੇ ਲਈ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਹਥਿਆਰਬੰਦ ਹੋ ਕੇ ਤੁਰੀ ਹੈ, ਹੁਣ ਸਰਦਾਰ ਖਾਲੜਾ ਦੀ ਮੁੱਢਲੀ ਟ੍ਰੇਨਿੰਗ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਉਹਨਾਂ ਨੇ ਇੱਕ ਸੰਸਥਾ ਭਗਤ ਸਿੰਘ ਦੇ ਨਾਲ ਜੁੜੀ ਸੀ, ਨੌਜਵਾਨ ਜਿਹਦੇ 'ਚ ਸ਼ਾਮਿਲ ਸੀ ਸ਼ਾਇਦ ਭਾਰਤ ਨੌਜਵਾਨ ਸਭਾ, ਜੇ ਮੈਂ ਗਲਤ ਨਾ ਹੋਵਾਂ ਉਹਦਾ ਨਾਂ, ਉਹਦੇ ਨਾਲ ਪਹਿਲਾਂ ਐਫੀਲੀਏਟ ਰਹੇ, ਥੋੜ੍ਹਾ ਜਿਹਾ ਖੱਬੇ ਪੱਖੀ ਵਿਚਾਰਧਾਰਾ ਦਾ ਅਸਰ ਵੀ ਸੀ। ਲੇਕਿਨ ਜਿਉਂ ਹੀ, ਕਿਉਂਕਿ ਜਿਹੜਾ ਸੱਚਾ ਸੁੱਚਾ ਮਨ ਹੁੰਦਾ ਹੈ ਉਹ ਜਦੋਂ ਇੱਕ ਰਸਤੇ ਨੂੰ ਲੈਂਦਾ ਔਰ ਫਿਰ ਉਹਨੂੰ ਇਹ ਲੱਗਦਾ ਕਿ ਨਹੀਂ ਰਸਤਾ ਤਾਂ ਇਹ ਠੀਕ ਹੈ, ਜਦੋਂ ਇਸ ਪਾਸੇ ਆਏ ਉਹਨਾਂ ਨੇ ਆਪਣੀ ਉਮਰ ਕੈਪੇਬਿਲਿਟੀ ਆਪਣੇ ਇੰਟਰਸਟ ਦੇ ਮੁਤਾਬਕ ਹੀ ਦੇਖਿਆ ਕਿ ਭਾਈ ਜ਼ੁਲਮ ਨੂੰ ਚੈਲੰਜ ਵੀ ਕਰਨਾ, ਕਿਉਂਕਿ ਜਿਹੜੀ ਨਕਸਲਾਈਟ ਮੂਵਮੈਂਟ ਸੀ ਜਾਂ ਦੂਸਰਾ ਉਹ ਵੀ ਸਟੇਟ ਐਸਟੈਬਲਿਸ਼ਮੈਂਟ ਨੂੰ ਚੈਲੰਜ ਸੀ, ਪਰ ਉਹਨਾਂ ਨੇ ਦੇਖਿਆ ਕਿ ਬਈ ਉਹਨਾਂ ਦੇ ਲਈ ਇਹ ਮਨੁੱਖੀ ਹੱਕਾਂ ਦੀ ਗੱਲ, ਔਰ ਇਹ ਉਹ ਪੀਰੀਅਡ ਸੀ ਕਿ ਫਰਵਰੀ 1992 ਦੇ ਵਿੱਚ ਪੰਜਾਬ 'ਚ ਬੇਅੰਤ ਸਿੰਘ ਦੀ ਸਰਕਾਰ ਬਣਦੀ ਹੈ 8-9% ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ, KP ਗਿੱਲ ਉਹਦਾ ਡਾਇਰੈਕਟਰ ਜਨਰਲ ਪੁਲਿਸ ਹੈ, ਔਰ ਇੱਕ ਵੱਡਿਓਂ ਜਿਹੜਾ ਉਹਨਾਂ ਨੇ ਲਿਸਟਾਂ ਬਣਾ ਲਈਆਂ ਕਿ ਜੀ ਇਹ ਫਸਟ ਟਾਇਰ, ਸੈਕਿੰਡ ਟਾਇਰ, ਥਰਡ ਟਾਇਰ, ਪਹਿਲੇ ਵੀ ਰਬੈਰੋ ਦੇ ਜ਼ਮਾਨੇ ਤੋਂ ਹੁੰਦਾ ਸੀ ਜੀ ਏ ਕਲਾਸ ਟੈਰਰਿਸਟ, ਬੀ ਕਲਾਸ, ਪਰ ਇਹਨਾਂ ਨੇ ਤਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ, ਭਰਾ, ਭੈਣਾਂ, ਉਹਨਾਂ ਦੀਆਂ ਪਨਾਹਾਂ ਦੂਜੇ, ਔਰ ਫਿਰ ਉਹਨਾਂ ਨੇ ਜਿਹੜਾ ਉਸਦਾ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ 2-2.5 ਸਾਲ ਦੇ ਵਿੱਚ, ਜਿਵੇਂ ਜਸਟਿਸ ਅਜੀਤ ਸਿੰਘ ਬੈਂਸ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਮੁਖੀ, ਉਹਨਾਂ ਨੇ ਜਿਹੜਾ ਇਹ ਫਿਗਰ ਦਿੱਤੀ ਸੀ ਉਦੋਂ ਕਿ 50,000 ਤੋਂ ਜ਼ਿਆਦਾ ਜਿਹੜੇ ਨੌਜਵਾਨ ਨੇ ਇਸ ਪੀਰੀਅਡ ਦੇ ਵਿੱਚ ਮਾਰ ਮੁਕਾਏ ਗਏ, ਇਸ 2.5 ਸਾਲ ਦੇ ਪੀਰੀਅਡ। ਹੁਣ ਅਸੀਂ ਦੇਖਦੇ ਹਾਂ ਕਿ ਵੀ ਇਹ ਬਹੁਤ ਵੱਡੀ ਗਿਣਤੀ ਹੈ, ਕਿਉਂਕਿ ਆਲਰੇਡੀ ਇਸ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਅਸੀਂ 1984 ਦਾ ਘੱਲੂਘਾਰਾ ਦੇਖਦੇ ਹਾਂ, ਉਸ ਦੀਆਂ ਕਿਲਿੰਗ, ਫਿਰ ਉਸ ਤੋਂ ਬਾਅਦ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਕਿਲਿੰਗ, ਫਿਰ ਉਹ ਸਾਰੀ ਆਰਮਡ ਸਟਰਗਲ ਦੇ ਦੌਰਾਨ ਝੂਠੇ ਪੁਲਿਸ ਮੁਕਾਬਲੇ, 15-20 ਨੌਜਵਾਨ ਜਿਹੜੇ ਨੇ ਉਹ ਰੋਜ਼ਾਨਾ, ਜੇ ਤੁਸੀਂ 84 ਤੋਂ ਬਾਅਦ 92 ਤੱਕ ਵੀ ਦੇਖਦੇ ਹੋ, ਅਤੇ ਉਸ ਤੋਂ ਇਲਾਵਾ ਅਸੀਂ ਜੇ ਹਜ਼ਾਰਾਂ ਸਿੱਖ ਧਰਮੀ ਫੌਜੀ ਜਿਨ੍ਹਾਂ ਨੇ ਬੈਰਕਾਂ ਛੱਡੀਆਂ, 1984 'ਚ ਜਿਹੜੀ ਫਿਗਰ 10-20,000 ਤੱਕ ਹੈ ਭਾਰਤ ਭਰ 'ਚ ਸਿੱਖਾਂ ਦਾ ਕਤਲੇਆਮ, ਔਰ 1992-95 ਦੇ ਪੀਰੀਅਡ 'ਚ 50,000 ਦੀ ਫਿਗਰ ਉਸ ਛੋਟੀ ਜਿਹੀ ਕੌਮ 'ਚੋਂ, ਔਰ ਜੇ ਅਸੀਂ 50,000 ਦੀ ਫਿਗਰ 'ਚ ਵੀ ਦੇਖੀਏ ਮੋਸਟਲੀ ਉਹ ਜਿਹੜੇ 13-14 ਸਾਲ ਦੀ ਉਮਰ ਤੋਂ 28-30 ਸਾਲ ਤੱਕ ਦੀ ਉਮਰ ਦੇ ਨੇ, ਜਿਹੜੀ ਤੁਹਾਡੀ ਮੈਰੀਜੇਬਲ ਚਾਇਲਡ ਪ੍ਰੋਡਿਊਸਿੰਗ ਏਜ ਹੈ, ਇਹਦਾ ਮਤਲਬ ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਉਹਨਾਂ ਜ਼ਮਾਨਿਆਂ 'ਚ ਈਵਨ ਬਾਹਰਲੇ ਮੁਲਕਾਂ ਦੇ ਜਿਹੜੇ ਮੈਗਜ਼ੀਨ ਨੇ ਉਹ ਵੀ, ਕਿਉਂਕਿ ਉੱਥੇ ਤਾਂ ਕਿਸੇ ਦੀ ਐਕਸੈਸ ਨਹੀਂ ਸੀ, ਮੀਡੀਆ ਨਹੀਂ, ਐਮਨੈਸਟੀ ਇੰਟਰਨੈਸ਼ਨਲ ਨਹੀਂ ਜਾ ਸਕਦਾ, ਹਿਊਮਨ ਰਾਈਟਸ ਵਾਚ ਨਹੀਂ ਜਾ ਸਕਦੀ, ਔਰ ਉਹਨਾਂ 'ਚੋਂ ਉਹਨਾਂ ਨੇ ਕਈ ਪਿੰਡਾਂ ਦੇ ਨਾਂ ਦੇ ਕੇ ਕਿਹਾ ਸੀ ਕਿ ਇਹਨਾਂ ਪਿੰਡਾਂ 'ਚ ਅਗਲੇ 50 ਸਾਲ 'ਚ ਕਦੇ ਬਰਾਤ ਨਹੀਂ ਚੜੇਗੀ, ਕਿਉਂਕਿ ਇਸ ਕਿਸਮ ਦੇ ਵੀ ਪਿੰਡ ਜਿਨ੍ਹਾਂ ਦੇ 30-50 ਨੌਜਵਾਨ ਜਿਹੜੇ ਨੇ ਉਹ ਮਾਰ ਮੁਕਾਏ ਗਏ, ਔਰ ਇਹ ਉਹ ਸਾਰੀ ਬੈਲਟ ਸੀ। ਖਾਲੜਾ ਪਿੰਡ ਜਿਹੜਾ ਇਹ ਬਾਰਡਰ ਦੇ ਉੱਤੇ ਹੈ ਭਾਰਤ ਪਾਕਿਸਤਾਨ ਦੇ,
ਔਰ ਇਹ ਤਰਨ ਤਾਰਨ ਹੁਣ ਤਾਂ ਜ਼ਿਲ੍ਹਾ ਤਰਨ ਤਾਰਨ ਬਣ ਗਿਆ ਔਰ ਉਸ ਸਾਰੇ ਦੇ ਵਿੱਚ ਇਹ ਉਹ ਬੈਲਟ ਹੈ ਜਿਹੜੇ ਔਰ ਇਤਿਹਾਸਕ ਤੌਰ 'ਤੇ ਵੀ ਇਸ ਸਾਰੀ ਬੈਲਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਇਤਿਹਾਸ ਆਪਣਾ ਮਾਈ ਭਾਗੋ 40 ਮੁਕਤਿਆਂ ਦੀ ਧਰਤੀ ਔਰ ਭਾਈ ਤਾਰੂ ਸਿੰਘ ਭਾਈ ਤਾਰਾ ਸਿੰਘ ਵਾਂ ਔਰ ਬੇਸ਼ੱਕ ਹੁਣ ਜ਼ਿਲ੍ਹਾ ਲਾਹੌਰ 'ਚ ਹੋਣ ਕਰਕੇ ਜੰਬਰਾਂ ਭਾਈ ਸੁਬੇਕ ਸਿੰਘ ਸ਼ਾਹਬਾਜ਼ ਸਿੰਘ ਔਰ ਇਹ ਸਾਰੇ ਜਿਹੜੇ ਯੋਧੇ ਨੇ ਬਾਬਾ ਦੀਪ ਸਿੰਘ ਜਿਹੜੇ ਕਿ ਪਹੁਵਿੰਡ ਉਹਨਾਂ ਦਾ ਸੋ ਇਹ ਸਾਰੀ ਉਹ ਬੈਲਟ ਹੈ ਜਿਹੜੀ ਮੁਗਲਾਂ ਦੇ ਵੇਲੇ ਅਫਗਾਨਾਂ ਦੇ ਵੇਲੇ ਅੰਗਰੇਜ਼ਾਂ ਦੇ ਵੇਲੇ ਔਰ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਉਹਨਾਂ 'ਚੋਂ ਸਨ ਜਦੋਂ ਕਿ ਕੌਮਾਂਗਾਟਾ ਮਾਰੂ ਜਿਹੜਾ ਜਹਾਜ਼ ਆਇਆ ਉਹਦੇ ਵਿੱਚ ਉਹ ਮੁਸਾਫਰ ਸਨ ਇੱਕ ਆਏ ਸੋ ਪ੍ਰੇਰਨਾ ਜਦੋਂ ਅਸੀਂ ਉਸ ਧਰਤੀ ਦੇ ਵੀ ਦੇਖਦੇ ਹਾਂ ਔਰ ਜੋ ਜ਼ੁਲਮ ਦੀ ਅੰਨੀ ਬੋਲੀ ਹਨੇਰੀ ਚੱਲ ਰਹੀ ਸੀ ਉਹਨਾਂ ਨੇ ਆਪਣੇ ਜ਼ਿੰਮੇ ਇਹ ਕੰਮ ਲਿਆ ਕਿ ਭਾਈ ਇਹ ਉਹ ਦੇਖ ਰਹੇ ਸੀ ਕਿ ਪਿੰਡਾਂ 'ਚੋਂ ਨੌਜਵਾਨ ਗਾਇਬ ਹੋ ਰਹੇ ਨੇ ਪੁਲਿਸ ਦੀ ਤਾੜ ਅੱਧੀ ਰਾਤ ਨੂੰ ਧਾਵਾ ਬੋਲਦੀ ਹੈ ਲੈ ਜਾਂਦੀ ਹੈ ਅਗਲੇ ਦਿਨ ਜਿਹੜਾ ਭਾਵੇਂ ਉਹਨਾਂ ਦੀ ਕਈਆਂ ਦੀ ਤਾਂ ਮੌਤ ਦੀ ਖਬਰ ਵੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਜਿਹੜਾ ਬਾਅਦ 'ਚ ਉਹਨਾਂ ਨੇ ਤਿੰਨ ਸ਼ਮਸ਼ਾਨ ਘਾਟ ਤਰਨ ਤਾਰਨ ਦਾ ਪੱਟੀ ਦਾ ਅਤੇ ਦੁਰਗਿਆਣਾ ਮੰਦਰ ਅੰਮ੍ਰਿਤਸਰ ਦਾ ਉਹਦੀ ਜਦੋਂ ਉਹਨਾਂ ਨੇ ਲੱਕੜਾਂ ਦੀ ਲਿਸਟ ਤੋਂ ਉਹਨਾਂ ਨੇ ਇੱਕ ਤਰਕੀਬ ਦੇ ਨਾਲ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਵੀ ਇਹ ਜਿਹੜੇ ਰੋਜ਼ਾਨਾ ਸਿਵੇ ਬਲ ਰਹੇ ਨੇ ਔਰ ਕਈ ਥਾਂ 'ਤੇ ਤਾਂ ਪੂਰਾ ਢੇਰ ਲਾ ਕੇ ਲਾਸ਼ਾਂ ਫੂਕੀਆਂ ਜਾਂਦੀਆਂ ਨੇ ਔਰ ਇਹ ਜਿਹੜਾ ਕਿਵੇਂ ਕਿਉਂਕਿ ਜਦੋਂ ਲਾਵਾਰਸ ਕਹਿ ਕੇ ਸਾੜੀਆਂ ਜਾਂਦੀਆਂ ਲਾਸ਼ਾਂ ਅਤੇ ਜਿਹੜੀ ਲੱਕੜ ਹੈ ਉਹ ਮਿਊਂਸਪਲ ਕਮੇਟੀ ਦਿੰਦੀ ਹੈ ਕਿਉਂਕਿ ਲਾਵਾਰਸ ਹੈ ਉਹਦਾ ਕੋਈ ਵਾਰਸ ਨਹੀਂ ਹੈ ਜਿਹਨੇ ਪੇ ਕਰਨੇ ਔਰ ਉਹਦੇ ਲਈ ਜਿਹੜਾ ਕੋਈ ਪੁਲਿਸ ਦਾ DSP ਜਾਂ ਥਾਣੇਦਾਰ ਜਾਂ ASI ਜਾਂ ਇੰਸਪੈਕਟਰ ਲੈ ਕੇ ਆਉਂਦਾ ਉਹਦਾ ਵੇਰਵਾ ਰਜਿਸਟਰ 'ਚ ਦਰਜ ਕੀਤਾ ਜਾਂਦਾ ਕਿ ਵੀ ਫਲਾਂ ਥਾਣੇਦਾਰ ਜਾਂ ਫਲਾਂ ਇੰਸਪੈਕਟਰ ਇੰਨੀਆਂ ਲਾਸ਼ਾਂ ਲੈ ਕੇ ਔਰ ਆਹ ਲੱਕੜ ਅਸੀਂ ਜਿਹੜੀ ਹੈ ਦਿੱਤੀ ਸੋ ਉਹਨਾਂ ਨੂੰ ਲੱਗਿਆ ਕਿ ਵੀ ਇਹ ਜੇ ਅਸੀਂ ਸ਼ਮਸ਼ਾਨ ਘਾਟਾਂ 'ਚ ਇਹ ਰਿਕਾਰਡ ਹੋਏਗਾ ਔਰ ਇਹ ਜਿਵੇਂ ਵੀ ਉਹਨਾਂ ਤੱਕ ਇਹ ਵੀ ਮੈਂ ਸਮਝਦਾ ਵੀ ਅਕਾਲ ਪੁਰਖ ਨੇ ਜਿਹੜੀ ਹੈ ਉਹ ਸੋਝੀ ਦੇਣੀ ਹੁੰਦੀ ਹੈ ਔਰ ਜਦੋਂ ਉਹਨਾਂ ਨੇ ਉਹ ਉਹਨਾਂ ਦਾ ਰਿਕਾਰਡ ਫੋਲਣਾ ਸ਼ੁਰੂ ਕੀਤਾ ਔਰ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਹਜ਼ਾਰਾਂ ਦੀ ਗਿਣਤੀ 'ਚ ਤਾਂ ਇਹਨਾਂ ਤਿੰਨ ਸ਼ਮਸ਼ਾਨ ਘਾਟਾਂ 'ਚ ਹੀ ਸਾੜ ਦਿੱਤੇ ਨੇ ਔਰ ਉਹਦੇ 'ਚ ਉਹਨਾਂ ਨੇ ਦੇਖਿਆ ਵੀ ਜਿਹਨਾਂ ਨੂੰ ਸਾੜਿਆ ਗਿਆ ਉਹਨਾਂ 'ਚ ਹਾਲਾਂ ਉੱਥੇ ਪਛਾਣ ਹੈ ਉਹਨਾਂ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦੀ ਬਿਰਧ ਮਾਤਾ ਵੀ ਹੈ ਬਾਬਾ ਮਾਨੂ ਚਾਲ ਦੇ ਵੀ ਪਰਿਵਾਰ ਦੇ ਨੇ ਔਰ ਦੂਜੇ ਯੰਗਸਟਰਸ ਬਹੁਤ ਸਾਰਾ ਜਿਉਂ ਜਿਉਂ ਉਹ ਦੇਖਦੇ ਗਏ ਉਹਨਾਂ ਨੇ ਜਿਹੜਾ ਔਰ ਉਸ ਸਾਰੇ 'ਤੇ ਉਹਨਾਂ ਨੇ ਆਲਮੋਸਟ 3,000 ਦੀ ਲਿਸਟ ਜਿਹੜੀ ਹੈ ਬੜੇ ਸ਼ੋਰਟ ਪੀਰੀਅਡ ਦੀ ਉਹਨਾਂ 2600-2700 ਦੇ ਕਰੀਬ ਉਹਨਾਂ 3 ਸ਼ਮਸ਼ਾਨ ਘਾਟਾਂ ਦੀ ਕੀਤੀ ਔਰ ਉਹਨਾਂ ਨੇ ਇਹਦੇ 'ਤੇ ਬੇਸਡ ਪਟੀਸ਼ਨ ਨੰਬਰ 900 ਜਿਹੜੀ ਆ 1995 ਦੇ ਸ਼ੁਰੂਆਤ 'ਚ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਾਈ ਕਿ ਭਾਈ ਆਹ ਸਾਡੇ ਕੋਲ ਰਿਕਾਰਡ ਨੇ ਔਰ ਅਣਪਛਾਤੀਆਂ ਲਾਸ਼ਾਂ ਬਣਾਇਆ ਹੋਇਆ ਪਰ ਇਹ ਪਛਾਣ ਵਾਲੇ ਨੇ ਇਹ ਇਹਨਾਂ ਨੂੰ ਘਰਾਂ 'ਚੋਂ ਚੁੱਕਿਆ ਗਿਆ ਮਾਰਿਆ ਗਿਆ ਔਰ ਇਹ ਸਿਸਟਮੈਟਿਕਲੀ ਇਹਨਾਂ ਨੂੰ ਔਰ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਰਿਟ ਪਟੀਸ਼ਨ ਦੇ ਉੱਤੇ ਜਿਹੜਾ ਓਬਜੈਕਸ਼ਨ ਲਾਇਆ ਔਰ ਕੋਈ ਵੀ ਕਾਰਵਾਈ ਕਰਨ ਤੋਂ ਨਾ ਕੀਤੀ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹੀ ਕਿ ਜੀ ਇਹ ਕੋਈ ਵੀ ਜਿਹੜੀ ਹੈ ਦਿਸ ਇਜ਼ ਵੈਰੀ ਅਨਕਲੀਅਰ ਕੋਈ ਸਪਸ਼ਟ ਇਹਦੇ 'ਚੋਂ ਨਹੀਂ ਆਉਂਦਾ ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਉਹਦੇ 'ਚ ਮਰਨ ਵਾਲੇ ਨੇ ਦੇ ਵਰ ਨੋਟ ਰਿਲੇਟਡ ਟੂ ਸਰਦਾਰ ਖਾਲੜਾ ਇਹਦਾ ਮਤਲਬ ਹੈ ਵੀ ਉਹ ਮਰਨ ਤੋਂ ਪਹਿਲਾਂ ਪਾਵਰ ਆਫ ਅਟਰਨੀ ਦੇ ਕੇ ਜਾਂਦੇ ਖਾਲੜਾ ਨੂੰ ਕਿ ਜੀ ਅਸੀਂ ਜਦੋਂ ਮਰ ਗਏ ਤਾਂ ਸਾਡੇ ਤੁਸੀਂ ਰਿਸ਼ਤੇਦਾਰ ਸਾਡੇ ਬਣ ਜਾਓ ਭਰਾ ਬਣ ਗਏ ਹੋ ਤੁਸੀਂ ਸੋ ਜ਼ਾਹਰ ਹੈ ਕਿ ਵੀ ਉਹਨਾਂ ਇੱਕ ਜੁਡੀਸ਼ਰੀ ਦਾ ਜਾਂ ਰੋਲ ਸੀ ਉਹ ਉਦੋਂ ਵੀ ਔਰ ਅੱਜ ਵੀ ਜੇ 33 ਸਾਲ ਬਾਅਦ ਅਸੀਂ ਨਵੰਬਰ 84 ਦੀ ਗੱਲ ਕਰਦੇ ਹਾਂ ਹੁਣ 2-4 ਦਿਨ ਪਹਿਲਾਂ ਖਬਰ ਸੀ ਜੀ ਸੁਪਰੀਮ ਕੋਰਟ ਨੇ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਜਿਹੜੇ 200 ਤੋਂ ਜ਼ਿਆਦਾ ਕੇਸ ਨਵੰਬਰ 84 'ਚ ਨਹੀਂ ਮੰਨੇ ਗਏ
ਜਿਨ੍ਹਾਂ ਨੂੰ ਉਹਨਾਂ ਨੇ ਫਾਈਲਾਂ ਕਲੋਜ਼ ਕਰ ਦਿੱਤੀਆਂ ਉਹ ਦੁਬਾਰਾ ਤੁਸੀਂ ਦੇਖੋ 33 ਸਾਲ ਬਾਅਦ ਵੀ, ਕਿਉਂਕਿ ਜਦੋਂ ਬੇਈਮਾਨੀ ਦਾ ਸਿਖਰ ਹੋਏ ਹਾਕਮਾਂ ਦੇ ਨਾਲ ਰਲੇ ਹੋਣ ਔਰ ਜਿਸ ਗੱਲ ਦਾ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਸੀ, ਜਿਵੇਂ ਅੱਜ ਕੁਛ ਮਾਮਲਿਆਂ ਦਾ ਲਿਆ ਜਾਂਦਾ, ਜਿਵੇਂ ਸੌਦਾ ਸਾਹਿਬ ਦੇ ਮਾਮਲੇ 'ਚ ਲਿਆ ਗਿਆ ਭਾਵੇਂ 17 ਸਾਲ ਬਾਅਦ ਹੀ ਸਹੀ, ਲੇਕਿਨ ਇਹਦੇ ਉਲਟ ਜੇ ਪਟੀਸ਼ਨ ਕੀਤੀ ਜਾਂਦੀ ਹੈ ਉਹ ਹਾਈ ਕੋਰਟ ਨੂੰ ਰਿਜੈਕਟ ਕਰ ਦਿੰਦਾ ਔਰ 95 ਦੇ ਵਿੱਚ ਹੀ ਇਹ ਸ਼ੁਰੂ 'ਚ ਉਹਨਾਂ ਨੇ ਕੀਤੀ, ਨਾਲ ਦੀ ਨਾਲ ਰਿਜੈਕਟ ਹੋਈ ਔਰ ਸਰ ਖਾਲੜਾ ਨੇ ਉਹ ਪਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ 'ਚ ਪਾ ਦਿੱਤੀ। ਇਨ ਦਾ ਮੀਨ ਟਾਈਮ ਉਹਨਾਂ ਨੇ ਜੁਡੀਸ਼ਰੀ ਦੇ ਇਹ ਸਾਰੇ ਤੋਂ ਭਾਂਪ ਲਿਆ ਕਿ ਵੀ ਇਹ ਅਲਟੀਮੇਟਲੀ ਇੱਥੋਂ ਕੁਛ ਨਹੀਂ ਨਿਕਲਣਾ, ਉਹਨਾਂ ਦੇ ਕੋਲ ਡਾਟਾ ਵੀ ਸੀ, ਉਹਨਾਂ ਦੇ ਕੋਲ ਉਹ ਕਹਾਣੀ ਸੀ, ਅਣਪਛਾਤੀਆਂ ਲਾਸ਼ਾਂ ਨੂੰ ਉਹ ਜ਼ਬਾਨ ਦੇਣਾ ਚਾਹੁੰਦੇ ਸਨ ਔਰ ਅਣਖੀਲਾ ਪੰਜਾਬ ਜਿਹੜਾ ਰੇਡੀਓ ਔਰ ਟੀ ਵੀ ਪ੍ਰੋਗਰਾਮ ਸੀ ਉਹਨਾਂ ਦੀ ਐਨੂਅਲ ਐਨਵਰਸਰੀ ਸੀ ਔਰ ਉਹਨਾਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਔਰ ਇਸ ਬਹਾਨੇ ਉਹ ਕੈਨੇਡਾ ਨਿਕਲੇ ਔਰ ਉਸ ਸਮਾਗਮ ਦੇ ਵਿੱਚ ਮੈਨੂੰ ਵੀ ਇਨਵਾਈਟ ਕੀਤਾ ਗਿਆ ਔਰ ਅਸੀਂ ਉਹ ਡਿਕਸੀ ਗੁਰਦੁਆਰਾ ਸਾਹਿਬ ਜਿੱਥੇ ਅਖੰਡ ਪਾਠ ਦਾ ਭੋਗ ਪਾ ਕੇ ਉਹ ਸਮਾਗਮ ਕੀਤਾ ਜਾਂਦਾ ਸੀ, ਉਹਦੇ 'ਚ ਉਹਨਾਂ ਨੇ ਫਿਰ ਜਿਵੇਂ ਉਹ ਸਾਰਾ ਜਿਹੜੀ ਸਪੀਚ ਉਹਨਾਂ ਦੀ ਜਗਤ ਪ੍ਰਸਿੱਧ ਹੈ, ਬਾਹਰਲੀ ਧਰਤੀ 'ਤੇ ਉਹਨਾਂ ਦੀ ਅਖੀਰਲੀ ਸਪੀਚ ਹੈ ਔਰ ਇਹ ਉਹ ਪੀਰੀਅਡ ਸੀ ਜਿਹਦੇ 'ਚ ਉਹਨਾਂ ਨੇ ਬੜੀ ਬੁਲੰਦ ਆਵਾਜ਼ ਦੇ ਵਿੱਚ, ਕਿਉਂਕਿ ਉਦੋਂ ਮੈਂ ਐਡਰੈਸ ਕਰਨਾ ਸੀ ਉਸ ਨੂੰ, ਲੇਕਿਨ ਇੱਕ ਉਹ ਵੀ ਸਾਡੇ ਵੀਰ ਸਨ ਜਿਹੜੇ ਉਦੋਂ ਬੜੇ ਜ਼ੋਰ ਸ਼ੋਰ ਨਾਲ ਸੰਤ ਪਿੰਡਾਂ ਵਾਲਿਆਂ ਨੂੰ ਚੜ੍ਹਦੀ ਕਲਾ 'ਚ ਨੇ ਇਹ ਕਹਿੰਦੇ ਸਨ ਅਤੇ ਅਸੀਂ ਪਹਿਲੇ ਦਿਨ ਤੋਂ ਸ਼ਹੀਦ ਵੀ ਕਿਹਾ ਉਹਨਾਂ ਨੂੰ ਲਿਖਿਆ ਵੀ ਅਤੇ ਉਹਨਾਂ ਨੇ ਮੈਨੇਜਮੈਂਟ ਨੂੰ ਇਹ ਧਮਕੀ ਵੀ ਦਿੱਤੀ ਹੋਈ ਸੀ ਕਿ ਜੀ ਅਸੀਂ ਡਾਕਟਰ ਅਮਰਜੀਤ ਸਿੰਘ ਨੂੰ ਬੋਲਣ ਨਹੀਂ ਦੇਣਾ ਹੈ ਔਰ ਭਾਵੇਂ ਉਹਨਾਂ ਦਾ ਗੁਰਦੁਆਰਾ ਡਿਫਰੈਂਟ ਸੀ, ਇਹ ਇਸ ਗੁਰਦੁਆਰੇ ਨਾਲ ਸੰਬੰਧਿਤ ਨਹੀਂ ਸਨ, ਸੋ ਉਹਨਾਂ ਨੇ ਵੀ ਬੜਾ ਹਾਈ ਸਿਕਿਉਰਿਟੀ ਪ੍ਰਬੰਧ ਕੀਤਾ ਹੋਇਆ ਸੀ, ਉਹਨਾਂ ਦੇ ਬਹੁਤ ਸਾਰੇ ਡਿਟੈਕਟਿਵ ਦੂਜੇ ਤੀਜੇ ਸੀ ਔਰ ਸਰ ਖਾਲੜਾ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ, ਉਹਨਾਂ ਨੇ ਦੇਖਿਆ ਕਿ ਵੀ ਕੀ ਹੈ ਔਰ ਉਹਨਾਂ ਨੇ ਆਪਣੀ ਸਪੀਚ ਜਿਹੜੀ ਕਿ ਉਹਨਾਂ ਦੀ ਵਰਲਡ ਫੇਮਸ ਹੈ ਉਹਦੇ 'ਚ ਉਹਨਾਂ ਨੇ ਜਿੱਥੇ ਇੱਥੇ ਬੈਠੇ ਪੰਜਾਬੀਆਂ ਨੂੰ ਇਨ ਜਨਰਲ ਸਿੱਖਾਂ ਨੂੰ ਇਨ ਪਰਟੀਕੁਲਰ ਵੰਗਾਰ ਪਾਈ ਕਿ ਭਾਈ ਤੁਹਾਨੂੰ ਤਾਂ ਹਿੰਦੂ ਬਣਾਇਆ ਗਿਆ ਹੋਇਆ, ਤੁਸੀਂ ਤਾਂ ਆਪਣੇ ਬੱਚੇ ਬੱਚੀ ਦੇ ਵਿਆਹ ਦਾ ਸਰਟੀਫਿਕੇਟ ਵੀ ਸਿੱਖ ਦੇ ਨਾਤੇ ਨਹੀਂ ਲੈ ਸਕਦੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਕਿਵੇਂ 25,000 ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਹੈ, ਕਿਉਂਕਿ ਜੇ 3 ਸ਼ਮਸ਼ਾਨ ਘਾਟਾਂ 'ਚ ਇਹ ਫਿਗਰ ਹੈ ਤਾਂ ਪੰਜਾਬ ਦੇ ਜਿਹੜੇ 20 ਜ਼ਿਲ੍ਹੇ ਨੇ ਉਦੋਂ 13-14 ਜ਼ਿਲ੍ਹੇ ਸਨ ਉਹਦੇ 'ਚ ਅੰਦਾਜ਼ਾ ਲਾਓ ਵੀ 25,000 ਘੱਟੋ ਘੱਟ ਉਹਨਾਂ 'ਚ ਹੀ ਇਹ ਫਿਗਰ ਬਣ ਜਾਂਦੀ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਸਾਡਾ ਨਾਂ ਲੈ ਕੇ ਵੀ ਇਹ ਕਿਹਾ ਕਿ ਵੀ ਇਹ ਜਿਹੜੀਆਂ ਏਜੰਸੀਆਂ ਨੇ ਇਹ ਉੱਥੇ ਹੀ ਨਹੀਂ ਬੰਦ ਕਰ ਰਹੀਆਂ ਉਸ ਆਵਾਜ਼ ਨੂੰ ਜਿਹੜੀ ਕੌਮ ਦੀ ਗੱਲ ਕਰਦੀ ਹੈ, ਇੱਥੇ ਵੀ ਇਹ ਯਤਨ ਹੈ ਔਰ ਤੁਸੀਂ ਇਸ ਤੋਂ ਸੁਚੇਤ ਹੋਵੋ ਕਿ ਸੱਚ ਦੀ ਆਵਾਜ਼ ਨੂੰ ਕਿਵੇਂ ਬੰਦ ਜਿਹੜਾ ਕਰਨ ਦੀਆਂ ਕੋਸ਼ਿਸ਼ਾਂ ਨੇ। ਸੋ ਜ਼ਾਹਰ ਹੈ ਮੈਂ ਅੱਜ ਵੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ 'ਤੇ ਕੱਲ੍ਹ ਕੌਮੀ ਆਵਾਜ਼ 'ਚ ਵੀ ਕਿਹਾ ਸੀ ਕਿ ਵੀ ਉਹਨਾਂ ਦੇ ਕੋਲ ਚੋਇਸ ਸੀ, ਉਹ ਆਲਰੇਡੀ ਪੰਜਾਬ 'ਚੋਂ ਨਿਕਲ ਚੁੱਕੇ ਸੀ, ਕੈਨੇਡਾ 'ਚ ਸਨ, ਉਹਨਾਂ ਨੇ ਕੰਮ ਕੀਤਾ ਹੋਇਆ ਸੀ, ਉਹ ਵੀ ਅਸਾਈਲਮ ਲੈ ਸਕਦੇ ਸੀ, ਉਹਨਾਂ ਦੇ ਹਾਲਾਂ ਗ੍ਰਸਤੀ ਸਨ, 2 ਬੱਚੇ ਛੋਟੇ ਛੋਟੇ ਸਨ, ਉਹਨਾਂ ਦੀ ਬੱਚੀ 10 ਸਾਲ ਦੀ ਸੀ ਜਿਵੇਂ ਉਹਨੇ ਨਵਕਿਰਨ ਨੇ ਕਿਹਾ ਇੱਕ ਇੰਟਰਵਿਊ। ਹੁਣ ਉਸ ਸਾਰੇ 'ਚ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਤਾਂ ਇਹ ਕਹਾਣੀ ਬਾਹਰ ਦੱਸਣ ਆਇਆ, ਉਹ ਕੈਨੇਡੀਅਨ ਪਾਰਲੀਮੈਂਟ 'ਚ ਵੀ ਜਿਹੜਾ ਪਾਰਲੀਮੈਂਟਰੀ ਇੱਕ ਗਰੁੱਪ ਸੀ ਉਹਦੇ ਸਾਹਮਣੇ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ, ਐਨ ਮੈਂਬਰ ਪਾਰਲੀਮੈਂਟ ਸੀ ਬੀਬੀ ਉੱਥੋਂ ਲਿਬਰਲ ਪਾਰਟੀ ਦੀ, ਉਹਨਾਂ ਨਾਲ ਉਹਨਾਂ ਦਾ ਚੰਗਾ ਜਿਹੜਾ ਇਸ ਮੁੱਦੇ ਦੇ ਉੱਤੇ ਹਿਊਮਨ ਰਾਈਟਸ ਦੇ ਉੱਤੇ ਆਪਸੀ ਕੋਆਰਡੀਨੇਸ਼ਨ ਵੀ ਬਣੀ ਔਰ ਇਹ ਸਾਰੇ ਤੋਂ ਬਾਅਦ ਉਹ ਵਾਪਸ ਗਏ ਔਰ ਕੁਛ ਹਫ਼ਤਿਆਂ ਬਾਅਦ ਹੀ 6 ਸਤੰਬਰ 1995 ਨੂੰ ਜਿਹੜਾ ਉਹਨਾਂ ਨੂੰ ਘਰੋਂ ਚੁੱਕਿਆ ਔਰ ਮੈਂ ਦੱਸਿਆ ਵੀ ਕਿਸ ਹਾਲਾਤ ਦੇ ਵਿੱਚ
ਉਹਨਾਂ ਨੂੰ ਅਲਟੀਮੇਟਲੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਪਰ ਇਹਨਾਂ ਲਗਭਗ 22 ਸਾਲਾਂ ਦੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਆਵਾਜ਼ ਹਰ ਚੜ੍ਹਦੇ ਸੂਰਜ ਬੁਲੰਦ ਹੋਈ ਹੈ। ਉਹ ਕੇਸ ਜਿਹੜਾ ਸੁਪਰੀਮ ਕੋਰਟ 'ਚ ਉਹਨਾਂ ਨੇ ਪੈਟੀਸ਼ਨ ਦਾ ਪਾਇਆ ਜਦੋਂ ਉਹ ਵੀ ਅਣਪਛਾਤੀ ਲਾਸ਼ ਬਣੇ, ਇਹ ਮੈਂ ਸਮਝਦਾ ਵੀ ਹੋਰ ਵੀ ਫਖਰ ਵਾਲੀ ਗੱਲ ਸੀ। ਉਹਨਾਂ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜ ਹੈ, ਉਹਨਾਂ ਨੇ ਉਸ ਕੇਸ ਨੂੰ ਚੁੱਕਿਆ। ਔਰ ਅੱਜ ਵੀ ਸਵੇਰੇ ਜਦੋਂ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ ਅੰਮ੍ਰਿਤਸਰ 'ਚ, ਕਿਉਂਕਿ ਉੱਥੇ ਆਲਰੇਡੀ 6 ਤਰੀਕ ਦੀ ਹੁਣ ਤਾਂ 7 ਹੀ ਸਵੇਰ, ਅੱਜ ਸਮਾਗਮ ਸੀ ਉਹਨਾਂ ਦੀ ਯਾਦ 'ਚ, ਉੱਥੇ ਉਹਨਾਂ ਨੇ ਪਾਰਟੀਸਪੇਟ ਕੀਤਾ। ਔਰ ਮੈਂ ਦੱਸਦੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਅੱਜ 9:30 ਤੋਂ 10 ਵਜੇ ਦੇ ਸਲੋਟ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਵਿਸ਼ੇਸ਼ ਗੱਲਬਾਤ ਹੋਏਗੀ ਕਿ ਇਸ ਬਹਾਦਰ ਸਿੰਘਣੀ ਨੇ ਜਿੱਥੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ, ਉਹਨਾਂ ਦਾ ਬੇਟਾ ਕੈਨੇਡਾ 'ਚ ਹੈ, ਬੇਟੀ ਉਹਨਾਂ ਦੀ ਹੁਣ ਕੈਲੀਫੋਰਨੀਆ 'ਚ ਹੈ, ਉੱਥੇ ਉਹਨਾਂ ਨੇ ਉਹ ਝੰਡਾ ਵੀ ਬੁਲੰਦ ਰੱਖਿਆ, ਸੁਪਰੀਮ ਕੋਰਟ ਤੱਕ ਕੇਸ ਲੜਿਆ, ਕੁਛ ਲੋਅਰ ਲੈਵਲ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾ ਵੀ ਹੋਈ। ਵੱਡਾ ਜਿਹੜਾ ਮਗਰਮੱਛ ਸੀ ਕੇਪੀ ਗਿੱਲ, ਉਹ ਮਰ ਗਿਆ ਕੁੱਤੇ ਦੀ ਮੌਤ, ਜਿਹੜੇ ਨੇ ਅਲਟੀਮੇਟਲੀ ਇਸ ਕਿਸਮ ਦੇ ਮਰਦੇ ਨੇ, ਹਾਲਾਂਕਿ ਕੌਮ ਨੂੰ ਸਜ਼ਾ ਨਹੀਂ ਦੇ ਸਕੀ। ਔਰ ਉਸ ਬੀਬੀ ਨੇ ਬਹਾਦਰੀ ਦੇ ਨਾਲ, ਔਰ ਅੱਜ ਵੀ ਜਦੋਂ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਕੋਈ ਥਰਥਰਾਹਟ ਨਹੀਂ ਹੁੰਦੀ, ਉਹ ਬੋਲਡਨੈਸ ਹੈ, ਇਹ ਦੱਸਦੀ ਹੈ ਗੱਲ ਕਿ ਵੀ ਜਦੋਂ ਅਸੀਂ ਸਿੰਘਾਂ ਦੀਆਂ ਕੁਰਬਾਨੀਆਂ, ਸਿੰਘਾਂ ਦੀ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ, ਸਿੰਘਣੀਆਂ ਵੀ ਕਿਸੇ ਪੱਖੋਂ ਪਿੱਛੇ ਨਹੀਂ ਨੇ। ਔਰ ਇਸ ਕੇਸ ਦੇ ਦੌਰਾਨ ਹੀ ਫਿਰ CBI ਨੂੰ ਇਨਕੁਆਇਰੀ ਮਾਰਕ ਕੀਤੀ ਅਨਆਈਡੈਂਟੀਫਾਈਡ ਬਾਡੀਜ਼ ਦੀ, ਔਰ CBI ਦੀ ਜਿਹੜੀ ਰਿਪੋਰਟ ਹੈ ਅੱਜ ਤੱਕ ਵੀ ਕੌਨਫੀਡੈਂਸ਼ੀਅਲ ਹੈ। ਔਰ ਉਹਦੇ 'ਚ ਉਹਨਾਂ ਨੇ 900 ਦੇ ਕਰੀਬ ਜਿਹੜੀਆਂ ਨੇ ਉਹ ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖਤ ਕੀਤੀ। ਔਰ ਬਾਅਦ 'ਚ ਹਿਊਮਨ ਰਾਈਟਸ ਕਮਿਸ਼ਨ ਨੇ ਉਹਨਾਂ ਨੂੰ 2-2, 3-3 ਲੱਖ ਰੁਪਈਆ ਮੁਆਵਜ਼ਾ, ਇਹ ਵੀ ਇੱਕ ਹੋਰ ਮਜ਼ਾਕ। ਲੇਕਿਨ ਜਦੋਂ ਇਹ ਹੀਅਰਿੰਗ ਚੱਲ ਰਹੀ ਸੀ, ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੇ ਬੈਂਚ 'ਤੇ ਸੀ, ਔਰ ਉਹਨਾਂ ਨੇ ਇਹ ਸਾਰੇ ਦੇ ਉੱਤੇ ਕਿਹਾ ਕਿ ਵੀ ਦਿਸ ਇਜ਼ ਵਰਸਟ ਦੈਨ ਜੈਨੋਸਾਈਡ, ਕਿ ਇਹ ਨਸਲਕੁਸ਼ੀ ਤੋਂ ਵੀ ਬਦਤਰ ਹੈ। ਪਰ ਉਹ ਰਿਪੋਰਟ ਵੀ ਕਦੇ ਪਬਲਿਕ ਨਹੀਂ ਹੋਈ, ਔਰ ਜਦੋਂ ਹਿਊਮਨ ਰਾਈਟਸ ਕਮਿਸ਼ਨ ਦੇ ਸਾਹਮਣੇ ਫਰਦਰ ਇਨਵੈਸਟੀਗੇਸ਼ਨ ਦੀ ਗੱਲ ਆਈ ਤਾਂ ਉਸ ਨੂੰ ਬਲੌਕ ਕਰ ਦਿੱਤਾ ਗਿਆ। ਸੋ ਅਸੀਂ ਇਹ ਦੇਖਦੇ ਹਾਂ ਵੀ ਜਿਹੜਾ ਦੀਵਾ ਜਦੋਂ ਉਹਨਾਂ ਨੇ ਡਿਕਸੀ ਗੁਰੂ ਘਰ ਵੀ ਐਡਰੈਸ ਕੀਤਾ, ਅਤੇ ਉਹਨਾਂ ਨੇ ਇੱਕ ਲਘੂ ਕਥਾ, ਉਹਨਾਂ ਨੇ ਕਿਹਾ ਇੱਕ ਲਘੂ ਕਥਾ ਕਹਾਣੀ ਹੈ, ਉਹਦੇ ਤੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਕਿ 4 ਚੁਫੇਰੇ ਹਨੇਰਾ ਸੀ, ਹਨੇਰਾ ਪਸਰਦਾ ਜਾ ਰਿਹਾ ਸੀ, ਹਨੇਰਾ ਡੂੰਘਾ ਹੁੰਦਾ ਜਾ ਰਿਹਾ ਸੀ, ਹਨੇਰਾ ਸਮਝ ਰਿਹਾ ਸੀ ਕਿ ਸਭ ਨੂੰ ਮੈਂ ਆਪਣੇ ਕਲਾਵੇ ਦੇ ਵਿੱਚ ਲੈ ਲਿਆ, ਹੁਣ ਕੋਈ ਮੈਨੂੰ ਚੈਲੰਜ ਨਹੀਂ ਕਰ ਸਕੇਗਾ। ਔਰ ਉਸ ਵੇਲੇ ਦੂਰ ਇੱਕ ਝੁੱਗੀ 'ਚੋਂ ਇੱਕ ਮਾਈ ਨੇ ਛੋਟਾ ਜਿਹਾ ਦੀਵਾ ਬਾਲਿਆ, ਉਹ ਦੀਵਾ ਰੁਮਕਿਆ, ਉਸਦੀ ਰੋਸ਼ਨੀ ਨੇ ਉਸ ਹਨੇਰੇ ਨੂੰ ਚੈਲੰਜ ਕੀਤਾ। ਔਰ ਹੌਲੀ 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 ਦੇਖਦਿਆਂ ਕਈ ਝੁੱਗੀਆਂ ਦੇ ਵਿੱਚ ਫਿਰ ਦੀਵੇ ਬੜੇ, ਹਨੇਰਾ ਚੈਲੰਜ ਹੋਇਆ। ਸੋ ਮੈਂ ਸਮਝਦਾ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਸ ਦੌਰ 'ਚ ਜਦੋਂ ਕਿ ਅਕਾਲੀ ਪੰਜਾਬ 'ਚ ਕੋਈ ਈਵਨ ਮੀਟਿੰਗ ਤੱਕ ਕਰਨ ਦੇ ਸਮਰੱਥ ਨਹੀਂ ਸੀ, ਬੇਨਤੀ ਨੂੰ ਜਿਹੜੇ ਉਸ ਦੀ ਪਾਰਟੀ ਔਰ ਦੂਸਰੇ ਕੋਈ ਭਗਵਾਨ ਰਾਮ ਦਾ ਅਵਤਾਰ, ਕੋਈ ਗੁਰੂ ਨਾਨਕ ਦਾ ਅਵਤਾਰ ਦੱਸ ਰਿਹਾ ਸੀ, ਕੇਪੀ ਗਿੱਲ ਨੂੰ ਸੁਪਰ ਕੌਪ ਹੀਰੋ ਦੂਜਾ ਤੀਜਾ ਬਣਾ ਕੇ ਪੇਸ਼ ਕੀਤਾ ਹੋਇਆ ਸੀ। ਔਰ ਉਸ ਦੌਰ ਜਦੋਂ ਧਮਕੀਆਂ ਨੇ, ਜਦੋਂ ਅਜੀਤ ਸੰਧੂ ਕਹਿ ਰਿਹਾ ਵੀ ਤੁਹਾਨੂੰ 25,000 ਅਸੀਂ ਆਲਰੇਡੀ ਅਣਪਛਾਤੀਆਂ ਲਾਸ਼ਾਂ ਬਣਾਈਆਂ, 25,000 ਇੱਕ ਹੋ ਗਏ ਤੇ ਕੀ ਫਰਕ ਪੈ ਜਾਏਗਾ, ਲੇਕਿਨ ਇਹਦੇ ਬਾਵਜੂਦ ਇਸ ਦੀਵੇ ਨੇ, ਇਸ ਚਾਨਣ ਨੇ ਚੈਲੰਜ ਕੀਤਾ ਹਨੇਰੇ ਨੂੰ। ਔਰ ਇਹਨਾਂ ਸਾਰੇ ਵਰਿਆਂ 'ਚ ਅਸੀਂ ਦੇਖਦੇ ਹਾਂ ਕਿ ਬੇਨਤਾ ਕੁੱਤੇ ਦੀ ਮੌਤ ਮਰਿਆ, ਜਿਹਦੀ ਬਾਡੀ ਝਾੜੂ ਦੇ ਨਾਲ ਖਿਲ ਰਹੀ ਜਿਹੜੀ ਸੀ ਉਹ ਇਕੱਠੀ ਕੀਤੀ ਗਈ। ਕੇਪੀ ਗਿੱਲ ਕਿਵੇਂ ਇੱਕ ਡਿਸਗ੍ਰੇਸਡ ਬੰਦਾ, ਸ਼ਰਾਬੀ ਹਾਲਤ ਦਿਨ ਔਰ ਰਾਤ, ਔਰ ਕਿਵੇਂ ਉਹਦੇ
ਮੁੜ ਕੇ ਇਸ ਕਿਸਮ ਦੇ ਭੋਗਾਂ ਤੇ ਕੋਈ ਅਰਦਾਸ ਕਰਨ ਵਾਲਾ ਵੀ ਨਹੀਂ ਹੁੰਦਾ। ਜੋ ਸਵਰਨੇ ਦਾ ਹਾਲ ਹੋਇਆ, ਜੋ ਉਹਦਾ ਹੋਇਆ, ਅੱਜ ਤੱਕ ਆਇਆ ਹੀ ਨਹੀਂ ਕਿ ਉਹਦੀ ਕੋਈ ਧਾਰਮਿਕ ਰਸਮ ਵੀ ਹੋਈ ਹੋਏਗੀ। ਊਂ ਕਿਸੇ ਪੰਡਿਤ ਨੂੰ ਲਿਆ ਕੇ ਮੰਤਰ ਪੜ੍ਹਾ ਰਹੇ ਹੋਣ ਤਾਂ ਪਤਾ ਨਹੀਂ ਹੈ। ਲੇਕਿਨ ਜਸਵੰਤ ਸਿੰਘ ਖਰੜਾ ਅੱਜ ਆਈਕੋਨ ਹੈ, ਪਾਰਕ ਉਹਨਾਂ ਦੇ ਨਾਂ ਤੇ ਰੱਖੇ ਜਾ ਰਹੇ ਨੇ, ਪਾਰਕਾਂ ਦੇ ਨਾਂ, ਸੈਮੀਨਾਰ ਹੁੰਦੇ ਨੇ, ਉਹਨਾਂ ਦੀ ਜਿਹੜੀ ਚਾਰਚ ਫੇਰੇ ਅੱਜ ਵੀ ਹਰ ਪਾਸੇ 6 ਸਤੰਬਰ ਦਾ ਦਿਨ ਜਿਹੜਾ ਉਹ ਕੈਲੰਡਰ ਦੇ ਵਿੱਚ ਸ਼ਾਮਲ ਹੈ, ਜਿਹੜਾ ਕਿ ਜਦੋਂ ਅਸੀਂ ਸਿੱਖ ਕੈਲੰਡਰ ਦੀ ਜਾਂ ਸਾਲ ਦੀਆਂ ਅਹਿਮੀਅਤ ਦੀਆਂ ਜਿਹੜੀਆਂ ਦਿਨਾਂ ਦੀ ਗੱਲ ਕਰਦੇ ਹਾਂ ਤਾਂ 6 ਸਤੰਬਰ ਦਾ ਇੱਕ ਆਪਣਾ ਮੁਕਾਮ ਹੈ। ਔਰ ਮੈਂ ਬਿਸ਼ਕ ਘੜੀ ਅੱਗੇ ਨੂੰ ਜਾ ਰਹੀ ਹੈ, ਜਦੋਂ ਅਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਹਾਂ, ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਹਾਂ, ਉਹ ਪੰਜਾਬ ਦੇ ਵਿੱਚ ਹੋਏ, ਗੁਜਰਾਤ 'ਚ ਹੋਏ, 2002 'ਚ ਜੋ ਹੋਇਆ ਜੀ। ਪਿਛਲੇ ਦਿਨਾਂ 'ਚ ਮੈਂ ਇੱਕ ਪ੍ਰੋਗਰਾਮ ਦੇ ਦੌਰਾਨ ਇੱਕ ਬੜੇ ਉਰਦੂ ਦੇ ਪ੍ਰਸਿੱਧ ਸ਼ਾਇਰ ਨੇ ਮੁਨੱਵਰ ਰਾਣਾ ਜੀ, ਉਹਨਾਂ ਦੀ ਇੱਕ ਨਜ਼ਮ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ। ਔਰ ਇਹ ਨਜ਼ਮ ਉਹਨਾਂ ਨੇ, ਕਿਉਂਕਿ ਜਦੋਂ ਤੋਂ 1992 'ਚ ਇਹਨਾਂ ਨੇ ਬਾਬਰੀ ਮਸੀਦ ਢਾਈ, ਮੁਸ਼ਾਇਰਿਆਂ ਦਾ ਕਲਚਰ ਵੀ ਖਤਮ ਕਰ ਦਿੱਤਾ, ਔਰ ਮੁਸ਼ਾਇਰਿਆਂ 'ਚ ਇਸ ਖੂਬਸੂਰਤ ਜ਼ਬਾਨ ਔਰ ਸ਼ੇਰੋ ਸ਼ਾਇਰੀ ਨੂੰ ਇੰਜੋਏ ਕਰਨ ਲਈ ਹਿੰਦੂ, ਸਿੱਖ, ਮੁਸਲਮਾਨ ਸਾਰੇ ਆਉਂਦੇ ਸਨ, ਪਰ ਹੁਣ ਕਲਚਰ ਹੀ ਹਿੰਦੂਤਵਾਦ ਹੈ। ਪਰ ਇਹ ਗਜ਼ਲ ਜਾਂ ਨਜ਼ਮ ਉਹਨਾਂ ਨੇ, ਮੁਨੱਵਰ ਰਾਣਾ ਨੇ, ਸੁਪਰੀਮ ਕੋਰਟ 'ਚ ਜਸਟਿਸ ਕਾਟਜੂ ਉਦੋਂ ਜਸਟਿਸ ਸਨ, ਔਰ ਉਹਨਾਂ ਵੱਲੋਂ ਇੱਕ ਮੁਸ਼ਾਇਰਾ ਔਰਗਨਾਈਜ਼ ਕੀਤਾ ਗਿਆ ਸੀ ਜਿਹਦੇ 'ਚ ਬਹੁਤ ਸਾਰੇ ਜੱਜ ਸਨ, ਵਕੀਲ ਸਨ, ਔਰ ਉਸ ਕਲਾਸ ਦੇ, ਔਰ ਉਹਨਾਂ 'ਚ ਜਿਹੜਾ ਉਹਨਾਂ ਨੇ ਐਡਰੈਸ ਕੀਤਾ, ਔਰ ਇਹ ਉਹਨਾਂ ਦੀ ਜਿਹੜੀ ਨਜ਼ਮ ਹੈ, ਇਹ ਜਿੱਥੇ ਸਾਡੀਆਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਕਹਿੰਦੀ ਹੈ, ਉੱਥੇ ਜੋ ਕੁਛ ਗੁਜਰਾਤ 'ਚ ਹੋਇਆ, ਜੋ ਕੁਛ ਅੱਜ ਹਿੰਦੂਤਵਾਦ ਦੇ ਥੱਲੇ ਲਿੰਚਿੰਗ, ਉਹ ਦਾਦਰੀ ਦੀ ਹੋਏ, ਉਹ ਉਹਨਾਂ ਗੁਜਰਾਤ ਦੀ ਹੋਏ, ਔਰ ਜੋ ਕੁਛ ਅੱਜ ਭਾਰਤ ਦੇ ਵਿੱਚ ਕੋਈ ਲਵ ਜਿਹਾਦ, ਕੋਈ ਦੂਜੇ ਦੇ ਥੱਲੇ ਮੁਸਲਮਾਨਾਂ ਦੇ ਨਾਲ ਟ੍ਰੇਨਾਂ 'ਚ ਲਿੰਚਿੰਗ ਦੀ ਗੱਲ, ਔਰ ਜਸਟਿਸ ਜਿਹੜੀ ਇਹ ਗਜ਼ਲ ਹੈ ਉਹਨਾਂ ਦੀ, ਕਿਉਂਕਿ ਸਰਦਾਰ ਖਾਲੜਾ ਵੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਗਏ ਸੀ ਕਿ ਭਾਈ ਇਸ ਦੇ ਉੱਤੇ ਐਕਟ ਕਰੋ, ਅਤੇ ਕਿਵੇਂ ਜੁਡੀਸ਼ਰੀ ਨੇ ਪਿੱਠ ਮੋੜੀ, ਔਰ ਕਿਵੇਂ ਜੁਡੀਸ਼ਰੀ ਜਿਹੜੀ ਹੈ ਉਹ ਸਾਥ ਦੇ ਰਹੀ ਹੈ ਕਾਤਲਾਂ ਦਾ, ਉਹਨਾਂ ਨੇ ਇੰਨੇ ਖੂਬਸੂਰਤ ਅੰਦਾਜ਼ ਦੇ ਵਿੱਚ, ਕਿਉਂਕਿ ਪੋਇਟਰੀ ਇੱਕ ਐਸਾ ਟੈਲੈਂਟ ਹੈ, ਆਰਟ ਹੈ, ਜਿਹਦੇ 'ਚ ਤੁਸੀਂ ਕਿਤਾਬ ਕਹਿ ਸਕਦੇ ਹੋ ਇੱਕ ਨਜ਼ਮ ਦੇ ਵਿੱਚ, ਔਰ ਉਹਨਾਂ ਦੀ ਇਹ ਨਜ਼ਮ ਹੈ, ਮੈਂ ਦਹਿਸ਼ਤ ਗਰਦ ਥਾ ਮਰਨੇ ਪੇ ਬੇਟਾ ਬੋਲ ਸਕਤਾ ਹੈ, ਮਰ ਰਿਹਾ ਬੇਟਾ ਤਾਂ ਉੱਥੋਂ ਖਾਰ ਕੇ, ਹਾਂ ਮੈਨੂੰ ਮਾਰਿਆ ਪੁਲਿਸ ਨੇ, ਪਰ ਮੈਂ ਦਹਿਸ਼ਤਗਰਦ ਸੀ, ਮੈਂ ਦਹਿਸ਼ਤਗਰਦ ਥਾ ਮਰਨੇ ਪੇ ਬੇਟਾ ਬੋਲ ਸਕਤਾ ਹੈ, ਹਕੂਮਤ ਕੇ ਇਸ਼ਾਰੇ ਪਰ ਤੋ ਮੁਰਦਾ ਬੋਲ ਸਕਤਾ ਹੈ, ਮੈਂ ਦਹਿਸ਼ਤਗਰਦ ਥਾ ਮਰਨੇ ਪੇ ਬੇਟਾ ਬੋਲ ਸਕਤਾ ਹੈ, ਹਕੂਮਤ ਕੇ ਇਸ਼ਾਰੇ ਪਰ ਤੋ ਮੁਰਦਾ ਬੋਲ ਸਕਤਾ ਹੈ, ਯਹਾਂ ਪਰ ਨਫ਼ਰਤੋਂ ਨੇ ਕੈਸੇ ਕੈਸੇ ਗੁਲ ਖਿਲਾਏ ਹੈ, ਯਹਾਂ ਪਰ ਨਫ਼ਰਤੋਂ ਨੇ ਕੈਸੇ ਕੈਸੇ ਗੁਲ ਖਿਲਾਏ ਹੈ, ਲੁੱਟੀ ਇਸਮਤ ਬਤਾ ਦੇਗੀ ਦੁਪੱਟਾ ਬੋਲ ਸਕਦਾ ਹੈ। ਹੁਣ ਇਹ ਇੱਕ ਲਾਈਨ ਦੇ ਵਿੱਚ ਜੋ ਬੀਬੀਆਂ ਦੇ ਨਾਲ 1984 'ਚ ਹੋਇਆ, ਪੰਜਾਬ ਦੇ ਥਾਣਿਆਂ, ਹਵਾਲਾਤਾਂ, ਜੇਲ੍ਹਾਂ 'ਚ ਹੋਇਆ, ਗੁਜਰਾਤ 'ਚ ਹੋਇਆ, ਭਾਰਤ ਭਰ 'ਚ ਜਿਹੜਾ ਉਹਦੀ ਸਫਰਿੰਗ ਹੈ, ਯਹਾਂ ਪਰ ਨਫ਼ਰਤੋਂ ਨੇ ਕੈਸੇ ਕੈਸੇ ਗੁਲ ਖਿਲਾਏ ਹੈ, ਲੁੱਟੀ ਇਸਮਤ ਬਤਾ ਦੇਗੀ ਦੁਪੱਟਾ ਬੋਲ ਸਕਦਾ ਹੈ,
ਹਕੂਮਤ ਕੀ ਤਵੱਜੋ ਚਾਹਤੀ ਹੈ ਇਹ ਜਲੀ ਬਸਤੀ, ਹਕੂਮਤ ਕੀ ਤਵੱਜੋ ਚਾਹਤੀ ਹੈ ਇਹ ਜਲੀ ਬਸਤੀ, ਅਦਾਲਤ ਪੁੱਛਣਾ ਚਾਹੇ ਤੋ ਮਲਬਾ ਬੋਲ ਸਕਤਾ ਹੈ। ਤੁਸੀਂ ਕਹੋ ਜੀ ਸਬੂਤ ਨਹੀਂ, ਕਿਹਾ ਤਵੱਜੋ ਦਿਓ, ਮਲਬਾ ਹੀ ਬੋਲ ਰਿਹਾ ਕੀ ਹੋਇਆ। ਹਕੂਮਤ ਕੀ ਤਵੱਜੋ ਚਾਹਤੀ ਹੈ ਇਹ ਜਲੀ ਬਸਤੀ, ਅਦਾਲਤ ਪੁੱਛਣਾ ਚਾਹੇ ਤੋ ਮਲਬਾ ਬੋਲ ਸਕਤਾ ਹੈ, ਕਈ ਚਿਹਰੇ ਅਭੀ ਤੱਕ ਮੂੰਹ ਜ਼ਬਾਨੀ ਯਾਦ ਹੈ ਇਸਕੋ, ਕਈ ਚਿਹਰੇ ਅਭੀ ਤੱਕ ਮੂੰਹ ਜ਼ਬਾਨੀ ਯਾਦ ਹੈ ਇਸਕੋ, ਕਹੀਂ ਤੁਮ ਪੂਛ ਮਤ ਲੈਣਾ ਇਹ ਗੂੰਗਾ ਬੋਲ ਸਕਤਾ ਹੈ। ਹੁਣ ਕਿਸੇ ਨੇ ਦੇਖੀਆਂ ਕਿਲਿੰਗ, ਉਹਦੀ ਆਵਾਜ਼ ਬੰਦ ਹੋ ਗਈ, ਬੋਲਣੋ ਹੀ ਹਟ ਗਿਆ, ਔਰ ਉਹ ਅਦਾਲਤਾਂ ਦੇ ਜੱਜਾਂ ਨੂੰ ਕਹਿ ਰਿਹਾ ਕਿ ਬਈ ਤੁਸੀਂ ਸਮਝਦੇ ਹੋ ਗੂੰਗਾ, ਪਰ ਨਹੀਂ, ਉਹ ਚਿਹਰੇ ਉਹਨੂੰ ਯਾਦ ਨੇ, ਉਹਦੇ ਜ਼ਿਹਨ ਚ ਉਤਰੇ ਹੋਏ ਨੇ, ਕਈ ਚਿਹਰੇ ਅਭੀ ਤੱਕ ਮੂੰਹ ਜ਼ਬਾਨੀ ਯਾਦ ਹੈ ਇਸਕੋ, ਕਹੀਂ ਤੁਮ ਪੂਛ ਮਤ ਲੈਣਾ ਇਹ ਗੂੰਗਾ ਬੋਲ ਸਕਤਾ ਹੈ, ਅਦਾਲਤ ਮੇਂ ਗਵਾਹੀ ਕੇ ਲੀਏ ਲਾਸ਼ੇ ਨਹੀਂ ਆਤੀ। ਜਿਹੜੇ ਮਾਰ ਦਿੱਤੇ ਨੇ ਉਹਨੇ ਤਾਂ ਗਵਾਹੀ ਨਹੀਂ ਦੇਣੀ, ਅਦਾਲਤ ਮੇਂ ਗਵਾਹੀ ਕੇ ਲੀਏ ਲਾਸ਼ੇ ਨਹੀਂ ਆਤੀ, ਵੋ ਆਂਖੇ ਬੁੱਝ ਚੁੱਕੀ ਹੈ ਫਿਰ ਵੀ ਚਸ਼ਮਾ ਬੋਲ ਸਕਦਾ ਹੈ। ਅੱਖਾਂ ਤਾਂ ਬੁਝਾ ਦਿੱਤੀਆਂ ਨੇ ਉਹਨਾਂ ਦੀਆਂ, ਚਸ਼ਮੇ ਪਏ ਨੇ, ਉਹ ਨੇ ਗਵਾਹੀ। ਜੇ ਤੁਸੀਂ ਕੇਸ ਚਲਾਣੇ ਨੇ, ਜੇ ਤੁਸੀਂ ਸਜ਼ਾ ਦੇਣੀ ਹੈ ਦੋਸ਼ੀਆਂ ਨੂੰ, ਅਦਾਲਤ ਮੇਂ ਗਵਾਹੀ ਕੇ ਲੀਏ ਲਾਸ਼ੇ ਨਹੀਂ ਆਤੀ, ਵੋ ਆਂਖੇ ਬੁੱਝ ਚੁੱਕੀ ਹੈ ਫਿਰ ਵੀ ਚਸ਼ਮਾ ਬੋਲ ਸਕਦਾ ਹੈ, ਬਹੁਤ ਸੀ ਕੁਰਸੀਆਂ ਇਸ ਮੁਲਕ ਮੇਂ ਲਾਸ਼ੋਂ ਪੇ ਰੱਖੀ ਹੈ। ਨਵੰਬਰ 84 ਚ ਹਜ਼ਾਰਾਂ ਲਾਸ਼ਾਂ ਵਿਛਾਈਆਂ ਤੇ ਰਾਜੀਵ ਗਾਂਧੀ ਦੀ ਕੁਰਸੀ ਡਟ ਗਈ ਪ੍ਰਾਈਮ ਮਿਨਿਸਟਰ ਦੀ। ਹੁਣ ਉਹਦਾ ਛੋਕਰਾ ਜਿਹੜਾ ਰਾਹੁਲ ਗਾਂਧੀ ਆ ਰਿਹਾ ਇੱਥੇ 11 ਸਤੰਬਰ ਨੂੰ ਕੈਲੀਫੋਰਨੀਆ ਦੀ ਯੂਨੀਵਰਸਿਟੀ ਚ 6th ਵਾਰ ਜਸਟਿਸ ਨੇ ਪ੍ਰੋਟੈਸਟ ਦਾ ਪ੍ਰਬੰਧ ਕੀਤਾ, ਸ਼ਾਇਦ ਨਿਊਯਾਰਕ ਵੀ ਉਹਨੇ ਆਉਣਾ, ਔਰ ਤੁਸੀਂ TV84 ਤੇ ਐਡ ਦੇਖ ਸਕਦੇ ਹੋ, ਅੱਜ ਤੋਂ ਇਹ ਚੱਲ ਰਹੀ ਹੈ ਔਰ ਉਹਦੇ ਚ ਪਾਰਟੀਸਪੇਸ਼ਨ ਵੀ ਹੋਏ। ਔਰ ਇਸੇ ਤਰ੍ਹਾਂ 2002 ਚ ਹਜ਼ਾਰਾਂ ਮੁਸਲਮਾਨ ਗੁਜਰਾਤ ਚ ਮਾਰ ਕੇ ਮੋਦੀ ਦੀ ਚੀਫ ਮਿਨਿਸਟਰੀ ਅਗਲੀ 4 ਵਾਰੀ ਪੱਕੀ ਹੋਈ, ਔਰ ਉਸ ਰੈਪੂਟੇਸ਼ਨ ਦੇ ਉੱਤੇ ਕਿ ਇਹ ਬੜਾ ਕਾਮਯਾਬ ਕਿਲਰ ਹੈ, ਉਹ ਪ੍ਰਾਈਮ ਮਿਨਿਸਟਰ ਬਣਿਆ ਔਰ ਗਰਜਰੇ 3 ਸਾਲ ਤੋਂ, ਹੋਰ ਲਾਸ਼ਾਂ ਵਿਛਾ ਰਿਹਾ, ਬਹੁਤ ਸੀ ਕੁਰਸੀਆਂ ਇਸ ਮੁਲਕ ਮੇਂ ਲਾਸ਼ੋਂ ਪੇ ਰੱਖੀ ਹੈ, ਯੇ ਵੋ ਸੱਚ ਹੈ ਜਿਸੇ ਝੂਠੇ ਸੇ ਝੂਠਾ ਬੋਲ ਸਕਦਾ ਹੈ। ਹੁਣ ਇਸ ਨੂੰ ਜਿਹੜਾ ਝੂਠੇ ਤੋਂ ਝੂਠਾ ਬੰਦਾ ਵੀ ਹੈ ਜੇ ਉਹ ਬੋਲੇਗਾ ਤੇ ਇਹ ਸੱਚ ਹੈ, ਬਹੁਤ ਸੀ ਕੁਰਸੀਆਂ ਇਸ ਮੁਲਕ ਮੇਂ ਲਾਸ਼ੋਂ ਪੇ ਰੱਖੀ ਹੈ, ਯੇ ਵੋ ਸੱਚ ਹੈ ਜਿਸੇ ਝੂਠੇ ਸੇ ਝੂਠਾ ਬੋਲ ਸਕਦਾ ਹੈ। ਸੋ ਜ਼ਾਹਰ ਹੈ ਕਿ ਲੋਕ ਲਾਸ਼ਾਂ ਗਿਣਦੇ ਨੇ, ਇਹ ਵੋਟਾਂ ਗਿਣਦੇ ਨੇ, ਲੋਕਾਂ ਦੇ ਲਾਸ਼ਾਂ ਵਿਛੀਆਂ ਨੇ, ਇਹਨਾਂ ਦੇ ਕੁਰਸੀਆਂ ਜੀ ਲਾਲ ਸਾਹਿਬ ਬਿਲਕੁਲ। ਇਹ ਸੈਗਮੈਂਟ ਜਸਵੰਤ ਸਿੰਘ ਖਾਲੜਾ ਦੇ ਨਾਲ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੱਥ ਲੈਂਦੇ ਹਾਂ ਬ੍ਰੇਕ ਪਰ, ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਅਪੀਲ ਕਰਦੇ ਹਾਂ, ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਕਰ ਸਕਦੇ ਹੋ। 36-01-37 Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516-406-0694। ਥੈਂਕ ਯੂ ਵੀਰ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।